ਬੜਾ ਹੈਰਾਨ ਹੋਇਆ ਪਿੱਛੇ ਜਾਏ ਕਿਸੇ ਦੇ ਸੰਸਕਾਰ ਤੇ ਮੈਂ ਗਿਆ ਅੱਛਾ ਤੇ ਉੱਥੇ ਦੋ ਬੰਦੇ ਆਪਣੇ ਤੀਪੁੱਤਰ ਦੇ ਰਿਸ਼ਤੇ ਦੀ ਗੱਲ ਕਰ ਰਹੇ ਸੀ ਠੀਕ ਹੈ ਜਦੋਂ ਕੋਈ ਗੱਲ ਕੀਤੀ ਜਾਂਦੀ ਹੈ ਨਾ ਉਹ ਗੱਲ ਕਰਨ ਦਾ ਇੱਕ ਸਥਾਨ ਹੁੰਦਾ ਹੈ ਉੱਥੇ ਉਸ ਸਥਾਨ ਤੇ ਹੀ ਗੱਲ ਕੀਤੀ ਜਾਵੇ ਤਾਂ ਠੀਕ ਹੁੰਦੀ ਹੈ ਇੱਕ ਉਹਦਾ ਵਕਤ ਵੀ ਹੁੰਦਾ ਵਕਤ ਹੁੰਦਾ ਬਿਲਕੁਲ ਇਹ ਵਕਤ ਸਰ ਗੱਲ ਕੀਤੀ ਜਾਵੇ ਤਾਂ ਠੀਕ ਹੁੰਦੀ ਸੌਰੀ ਤੇ ਥੈਂਕਸ ਇਹ ਬੋਲੇ ਜਾਂਦੇ ਹਨ ਜੀ ਜਿਸ ਕਿਸੇ ਨੇ ਤੁਹਾਨੂੰ ਪਾਣੀ ਵੀ ਦਿੱਤਾ ਨਾ ਪਾਣਿਓ ਮੇਡ ਸਰਵੰਤ ਬਿਲਕੁਲ ਉਹ ਥੈਂਕਸ ਕਹੇ ਜੀ ਜੀ ਬਾਟਾ ਸ਼ੋ ਕੰਪਨੀ ਦਾ ਜਿਹੜਾ ਮਾਲਕ ਸੀ ਨਾ ਇੱਕ ਵਾਰੀ ਉਹ ਆਇਆ ਹਿੰਦੁਸਤਾਨ ਦੇ ਵਿੱਚ ਜੀ ਤੇ ਇੱਕ ਬੰਦੇ ਨੇ ਏਜੰਸੀ ਲੈਣੀ ਸੀ ਉਹ ਅੰਗਰੇਜ਼ੀ ਨਹੀਂ ਸੀ ਜਾਣਦਾ ਉਹ ਮੈਨੂੰ ਲੈ ਗਿਆ ਨਾਲ ਦਿੱਲੀ ਅਸੀਂ ਗਏ ਜੀ ਤੇ ਭਾਈ ਤੁਸੀਂ ਉਹ ਨਾਲ ਗੱਲਬਾਤ ਕਰਨਾ ਗਏ ਉੱਥੇ ਕੀ ਹੋਇਆ ਕਿ ਉਹ ਜਿਹੜਾ ਮਾਲਕ ਸੀ ਉਹ ਚਾਹ ਵਾਲੇ ਟਰੇ ਜਿਹੜੇ ਸੀ ਨਾ ਆਪ ਚੁੱਕ ਕੇ ਲਿਆ ਜੀ ਸਾਡੇ ਤੱਕ ਠੀਕ ਹੈ ਸਰ ਉਹ ਜਿਹੜਾ ਮੇਰੇ ਨਾਲ ਨਾਲ ਸੀਗਾ ਇੱਕ ਹੋਰ ਬੰਦਾ ਸੀ ਉਸਨੇ ਕਿਹਾ ਵੀ ਤੁਹਾਡੇ ਘਰ 'ਚ ਬੜੇ ਨੌਕਰ ਹਨ ਤੁਸੀਂ ਆਪ ਕਿਉਂ ਲਿਆਏ ਹੋ ਕਿ ਨੌਕਰ ਨੂੰ ਕਹਿਣਾ ਸੀ ਤੇ ਉਸ ਦਾ ਜਵਾਬ ਸੀ ਕਿ ਤੁਸੀਂ ਮੇਰੇ ਮਹਿਮਾਨ ਹੋ ਮੇਰੇ ਨੌਕਰ ਦੇ ਨਹੀਂ ਬਿਲਕੁਲ ਬਿਲਕੁਲ ਮਤਲਬ ਕਿ ਉਸ ਦੇ ਵਿੱਚ ਇਤਨੀ ਹਲੀਮੀ ਸੀ ਇਤਨੀ ਨਿਮਰਤਾ ਸੀ ਸਾਡੇ ਕਿਸੇ ਦੇ ਵਿੱਚ ਨਿਮਰਤਾ ਵੇਖੀ ਹੈ ਤੁਸੀਂ ਮਤਲਬ ਇਥੇ ਜੇ ਕਿਸੇ ਨੂੰ ਕੋਈ ਸਪਾਹੀ ਵੀ ਰੋਕ ਲਵੇ ਨਾ ਤੇ ਮੰਗਤਾ ਵੀ ਕਹਿੰਦਾ ਹੈਗਾ ਤੂੰ ਜਾਣਦਾ ਨਹੀਂ ਮੈਂ ਕੌਣ ਆ ਬਿਲਕੁਲ ਮਤਲਬ ਇੱਕ ਵਾਰੀ ਰੇਲਵੇ ਸਟੇਸ਼ਨ ਉਤੇ ਉਹ ਟਿਕਟ ਚੈੱਕ ਕਰਨ ਨੇ ਉਸ ਨੂੰ ਕਿਹਾ ਵੀ ਟਿਕਟ ਦਿਖਾ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਕੌਣ ਆ ਕਹਿੰਦਾ ਯਾਰ ਤੂੰ ਕੋਈ ਹੋਵੇਂ ਮੈਨੂੰ ਟਿਕਟ ਦਿਖਾ ਠੀਕ ਹੈ ਮਤਲਬ ਕਿ ਉਹਨੇ ਟਿਕਟ ਨਹੀਂ ਦਿਖਾਈ ਇਹ ਜ਼ੋਰ ਲਾ ਦਿੱਤਾ ਸਾਰਾ ਤੇ ਤੂੰ ਜਾਣ ਜਾ ਕੇ ਮੈਂ ਕੌਣ ਆ ਕਹਿੰਦਾ ਤੂੰ ਕੌਣ ਆ ਮਤਲਬ ਕਹਿੰਦਾ ਇਹ ਹੈ ਕਿ ਅਸੀਂ ਫਜ਼ੂਲ ਕੰਮਾਂ ਦੇ ਵਿੱਚ ਪਏ ਹੋਏ ਹੈਗੇ ਸਾਰੇ ਸੌਰੀ ਕਹਿਣ ਦੇ ਨਾਲ ਜੇਕਰ ਸੌਰੀ ਕਹਿਣਾ ਆ ਜਾਵੇ ਨਾ ਸਾਨੂੰ ਸਾਰੀਆਂ ਅਦਾਲਤਾਂ ਦੇ ਵਿੱਚ ਮੁਕੱਦਮੇ ਅੱਧੇ ਹੋ ਜਾਊਗਾ ਅੱਧੇ ਹੋ ਜਾਊਗਾ ਹਸਬੰਡ ਵਾਈਫ ਦੇ ਝਗੜੇ ਦੇ ਵਿੱਚ ਸੌਰੀ ਕਹਿਣਾ ਹੀ ਜਿਹੜਾ ਹੈ ਨਾ ਇਹ ਐਬਸੈਂਟ ਹੈ ਜੇਕਰ ਸੌਰੀ ਕਹਿ ਦਿੱਤਾ ਜਾਵੇ ਤਾਂ ਕੋਈ ਵੀ ਹਸਬੰਡ ਜਿਹੜਾ ਨਾ ਜਾਂ ਕੋਈ ਵੀ ਵਾਈਫ ਜਿਹੜੀ ਹੈਗੀ ਹੈ ਉਹ ਨਰਾਜ਼ ਨਹੀਂ ਹੋਏ ਹਾਂ ਝਗੜੇ ਨੂੰ ਵਧਾਏਗੀ ਨਹੀਂ ਸੌਰੀ ਕਹਿਣ ਦਾ ਸੌਰੀ ਹੀ ਨਹੀਂ ਕਹਿਣਾ ਚਾਹੀਦਾ ਮੈਂ ਤਾਂ ਇਹ ਤੋਂ ਵੀ ਅੱਗੇ ਜਾਂਦਾ ਸੌਰੀ ਕਹਿਣ ਦੇ ਨਾਲ ਇਹ ਵੀ ਕਹੋ ਕਿ ਮੈਂ ਅੱਗੋਂ ਧਿਆਨ ਰੱਖਾਂਗਾ ਜਦ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਅੱਗੋਂ ਧਿਆਨ ਰੱਖਾਂਗਾ ਤਾਂ ਉਸ ਨੂੰ ਇਹ ਅਸ਼ੋਰੈਂਸ ਹੋ ਜਾਂਦੀ ਹੈ ਕਿ ਮੇਰਾ ਅੱਗੋਂ ਦਾ ਵਿਹਾਰ ਜਿਹੜਾ ਹੋਏਗਾ ਇਹ ਇਸ ਵਿਹਾਰ ਨਾਲੋਂ ਬੈਟਰ ਹੋਏਗਾ ਕਿ ਪਰਿਵਾਰ ਸੀ ਉਹਦੇ ਵਿੱਚ ਇੱਕ ਪਿਤਾ ਉਹਦੇ ਕੋਲ ਵਸੀਲੇ ਸੀ ਉਹ ਆਪਣੇ ਪੁੱਤਰ ਨੂੰ ਜਨਮ ਦਿਨ ਤੇ ਬੜੀਆਂ ਮਹਿੰਗੇ ਮਹਿੰਗੇ ਗਿਫਟ ਦਿੰਦਾ ਸੀ ਠੀਕ ਹੈ ਜੀ ਤੇ ਇੱਕ ਪੜਾ ਤੇ ਆ ਕੇ ਉਸ ਪੁੱਤਰ ਨੂੰ ਹਰ ਚੀਜ਼ ਲੈਣ ਦੀ ਇਤਨੀ ਆਦਤ ਪੈ ਗਈ اتنا ਉਹਦਾ ਲਾਲਚ ਵਧ ਗਿਆ ਜੀ ਕਿ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਜਿਹੜੀ ਜਾਇਦਾਦ ਹੈ ਨਾ ਇਹ ਤੁਸੀਂ ਮੇਰੇ ਨਾਂ ਕਰਵਾ ਦਿਓ ਠੀਕ ਹੈ ਜੀ ਪਿਤਾ ਨੇ ਕਿਹਾ ਵੀ ਜਦੋਂ ਮੈਂ ਮਰ ਜਾਵਾਂਗਾ ਉਹ ਜਾਇਦਾਦ ਸਾਰੀ ਤੈਨੂੰ ਉਂਝੇ ਮਿਲ ਜਾਣੀ ਹੈ ਤੂੰ ਮੇਰਾ ਪੁੱਤਰ ਹੈਗਾ ਬਿਲਕੁਲ ਕਹਿੰਦਾ ਨਹੀਂ ਲਵਾ ਦਿਓ ਤੇ ਪਿਤਾ ਨੇ ਉਹ ਲਵਾਈ ਨਾ ਦੇ ਪੁੱਤਰ ਨੇ ਬੰਦੇ ਹਾਇਰ ਕਰਕੇ ਜੀ ਉਹਨਾਂ ਨੂੰ ਪੈਸੇ ਦੇ ਕੇ ਆਪਣੇ ਪਰਿਵਾਰ ਨੂੰ ਮਰਵਾਉਣ ਦਾ ਯਤਨ ਕੀਤਾ ਮਤਲਬ ਮਾਂ ਵੀ ਮਰ ਗਈ ਉਹ ਸਾਹਮਲੇ ਦੇ ਵਿੱਚ ਉਹਦੀ ਭੈਣ ਵੀ ਮਰ ਗਈ ਜੀ ਪਿਤਾ ਬਚ ਗਿਆ ਪਿਤਾ ਬਚ ਗਿਆ ਪਰੰਤੂ ਉਸ ਬੰਦੇ ਦੇ ਮੁਕੱਦਮੇ ਜਦੋਂ ਚੱਲਿਆ ਤਾਂ ਉਸ ਨੂੰ ਮੌਤ ਦੀ ਸਜ਼ਾ ਹੋਈ ਪਰੰਤੂ ਉਸ ਨੂੰ ਕਿਸੇ ਕਿਸਮ ਦਾ ਕੋਈ ਪਛਤਾਵਾ ਨਹੀਂ ਸੀ ਜੀ ਕਿ ਮੈਂ ਜੋ ਕੀਤਾ ਹੈਗਾ ਉਹ ਮਾੜਾ ਹੈਗਾ ਮਾੜਾ ਜੇਲਾਂ ਦੇ ਵਿੱਚ ਲੰਮੀ ਸਜ਼ਾ ਇਸ ਵਾਸਤੇ ਦਿੱਤੀ ਜਾਂਦੀ ਹੈ ਤਾਂ ਕਿ ਉਸ ਬੰਦੇ ਨੂੰ ਜ਼ਿੰਦਗੀ ਵਿੱਚ ਪਛਤਾਵਾ ਹੋਵੇ ਤਾਂ ਕਿ ਉਸ ਨੂੰ ਵੇਖ ਕੇ ਦੂਜੇ ਲੋਕ ਵੀ ਜਿਹੜੇ ਹਨ ਨਾ ਉਹ ਕ੍ਰਾਈਮ ਕਰਨ ਤੋਂ ਡਰ ਮੈਨੂੰ ਯਾਦ ਹੈ ਮੇਰਾ ਇੱਕ ਵਾਰੀ ਸਪਾਈ ਨੇ ਮੈਨੂੰ ਰੋਕ ਲਿਆ ਮੇਰੇ ਕੋਲ ਕਾਗਜ਼ ਪੱਤਰ ਨਹੀਂ ਸੀ ਕਾਰ ਦੇ ਠੀਕ ਹੈ ਤੇ ਉਸ ਨੂੰ ਇੱਕ ਔਰਤ ਵੀ ਸੀਗੀ ਉਹ ਆਕੜ ਰਹੀ ਸੀ ਉਸ ਨਾਲ ਅੱਛਾ ਜੀ ਤੇ ਮੈਂ ਉਸ ਨੂੰ ਕਿਹਾ ਮੈਂ ਕਿਹਾ ਭਾਈ ਸਾਹਿਬ ਅਸਲੀਅਤ ਇਹ ਹੈ ਕਿ ਮੇ ਕੋਲ ਕਾਗਜ਼ ਪੱਤਰ ਨਹੀਂ ਹੈ ਅੱਗੇ ਤੋਂ ਮੈਂ ਧਿਆਨ ਰੱਖਾਂਗਾ ਕਿ ਸਾਰੇ ਕਾਗਜ਼ ਪੱਤਰ ਆਪਣੇ ਨਾਲ ਰੱਖਾਂ ਉਸਨੇ ਕਿਹਾ ਜਾਓ ਠੀਕ ਮਤਲਬ ਨਿੱਕੀ ਜਿਹੀ ਗੱਲ ਤੇ ਉਸਨੇ ਮੈਨੂੰ ਕਹਿ ਦਿੱਤਾ ਜਾਓ ਜਿਹੜੀਆਂ ਲੜਕੀਆਂ ਜਿਹੜੀਆਂ ਅਨਾ ਵਿਆਹਾਂ ਦੇ ਵਿੱਚ ਨੱਚਦੀਆਂ ਹਨ ਉਹ 7 ਕੁ ਸਾਲਾਂ ਦੇ ਵਿੱਚ ਮਾਰੀ ਜਾਂਦੀਆਂ ਹੁੰਦੀਆਂ ਹਨ ਹਾਂਜੀ ਜੀ ਜੀ 7 ਸਾਲ ਦੇ ਵਿੱਚ ਉਹ ਮਾਰੀ ਨਾ ਜਾਂਦੀਆਂ ਕਿਉਂਕਿ ਉਹ ਜਿਸ ਕਿਸੇ ਨਾਲ ਨੱਚ ਰਹੀਆਂ ਹੁੰਦੀਆਂ ਹਨ ਉਸ ਤੋਂ ਹਟ ਕੇ ਕਿਸੇ ਹੋਰ ਨਾਲ ਨੱਚਣ ਜਦੋਂ ਲੱਗ ਪੈਂਦੀਆਂ ਜਿਹੜਾ ਪਹਿਲਾਂ ਨੱਚ ਰਿਹਾ ਹੁੰਦਾ ਨਾ ਉਹ ਸਮਝਦਾ ਕਿ ਇਹ ਮੇਰਾ ਜਿਹੜਾ ਹੈ ਨਾ ਇਹ ਦੁਸ਼ਮਣ ਹੈ ਇਹ ਬੰਦਾ ਮੇਰਾ ਦੁਸ਼ਮਣ ਹੈ ਸੋ ਉਥੇ ਜਾਂਦੇ ਤਾਂ ਇੰਜੋਇਮੈਂਟ ਵਾਸਤੇ ਹਨ ਪਰੰਤੂ ਲੈ ਕੇ ਦੁਸ਼ਮਣ ਹੀ ਆਉਂਦੇ ਆ ਅੱਜ ਕੱਲ ਨਾ ਇਛਾਵਾ ਪ੍ਰਦਾਨ ਹੋ ਗਈਆਂ ਕਰਤਵ ਪ੍ਰਦਾਨ ਨਹੀਂ ਰਹੇ ਠੀਕ ਹੈ ਇਹ ਦੋ ਚੀਜ਼ਾਂ ਹੁੰਦੀਆਂ ਜੀ ਕਰਤਾ ਤੇ ਅਧਿਕਾਰ ਠੀਕ ਹੈ ਜੀ ਅਧਿਕਾਰ ਹੁੰਦਾ ਜੋ ਮੈਨੂੰ ਚਾਹੀਦਾ ਹੈ ਠੀਕ ਹੈ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਮੈਨੂੰ ਘਰ ਦੇ ਵਿੱਚੋਂ ਖਾਣਾ ਮਿਲਣਾ ਚਾਹੀਦਾ ਹੈ ਬਿਲਕੁਲ ਘਰ ਦੇ ਵਿੱਚ ਮੈਨੂੰ ਆਰਾਮ ਮਿਲਣਾ ਚਾਹੀਦਾ ਹੈ ਘਰ ਦੇ ਵਿੱਚ ਮੇਰਾ ਸਤਿਕਾਰ ਹੋਣਾ ਚਾਹੀਦਾ ਅਸੀਂ ਸਾਰੇ ਦੁਨੀਆ ਦਾ ਮੁਕਾਬਲਾ ਕਰਨ ਤੋਂ ਬਾਅਦ ਘਰ ਵਾਪਸ ਆਉਂਦੇ ਹਾਂ ਕਿਉਂਕਿ ਸਾਨੂੰ ਉਥੇ ਸਕੂਨ ਮਿਲਦਾ ਸਾਨੂੰ ਉਥੇ ਆਰਾਮ ਮਿਲਦਾ ਬਿਲਕੁਲ ਹੁਣ ਇਹ ਹੁੰਦਾ ਕਿ ਘਰਾਂ ਦੇ ਅੰਦਰ ਹੀ ਲੜਾਈ ਹੋ ਰਹੀ ਹੈ ਬਿਲਕੁਲ ਪਹਿਲਾਂ ਤਾਂ ਬਾਹਰ ਹੀ ਹੁੰਦੇ ਸੀਗੇ ਜੀ ਜੀ ਬਾਹਰ ਦੀ ਦੁਨੀਆ ਨਾਲ ਸਾਡਾ ਸਬੰਧ ਜਿਹੜਾ ਸੀ ਉਹ ਮੁਕਾਬਲੇ ਵਾਲਾ ਹੁੰਦਾ ਸੀ ਹੁਣ ਘਰ ਦੇ ਅੰਦਰ ਵੀ ਹੁੰਦੀ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਘਰ ਜਾਣ ਤੋਂ ਡਰਦੇ ਹਨ ਜੀ ਮੈਨੂੰ ਇੱਕ ਵਾਰੀ ਬਾਜ਼ਾਰ ਦੇ ਵਿੱਚ ਇੱਕ ਔਰਤ ਮਿਲੀ ਜਿਸ ਦਾ ਘਰ ਬੜੀ ਦੂਰ ਸੀ ਠੀਕ ਹੈ ਮੈਂ ਉਸ ਨੂੰ ਪੁੱਛਿਆ ਕਿ ਤੂੰ ਇਸ ਬਾਜ਼ਾਰ ਵਿੱਚ ਕੀ ਕਰ ਰਹੀ ਹੈ ਠੀਕ ਹੈ ਤੇਰੇ ਘਰ ਦੇ ਨੇੜੇ ਵੀ ਬਾਜ਼ਾਰ ਹੈ ਜਿਹੜੀਆਂ ਚੀਜ਼ਾਂ ਤੂੰ ਇੱਥੇ ਲੈਣ ਆਈਆਂ ਉਹ ਉੱਥੇ ਵੀ ਮਿਲਦੀਆਂ ਬਿਲਕੁਲ ਤੇ ਉਸ ਨੇ ਮੈਨੂੰ ਬੜੇ مایੋਸੀ ਦੇ ਨਾਲ ਕਿਹਾ ਕਹਿੰਦੇ ਜਿੰਨਾ ਵਕਤ ਘਰ ਤੋਂ ਬਾਹਰ ਗੁਜ਼ਰ ਜਾਵੇ ਉਨਾ ਹੀ ਚੰਗਾ ਹੈ ਅੱਛਾ ਜੀ ਉੱਥੇ ਜਾ ਕੇ ਲੜਾਈ ਝਗੜਾ ਤੇ ਮੈਂ ਉਹ ਲੜਾਈ ਝਗੜੇ ਦੇ ਵਿੱਚ ਪਹਿਲਾਂ ਹੀ ਥੱਕੀ ਹੋਈ ਨੇ ਮੈਂ ਨੌਕਰੀ ਕਰਦੀ ਸੀ ਉਹ ਠੀਕ ਹੈ ਜੀ ਪਹਿਲਾਂ ਹੀ ਥੱਕੇ ਹੁੰਦੇ ਆ ਤੇ ਘਰ ਆ ਕੇ ਫੇਰ ਲੜਾਈ ਝਗੜਾ ਸ਼ੁਰੂ ਕਰ ਦਿੰਦੇ ਨੇ ਠੀਕ ਹੈ ਸੋ ਜਿਹੜੇ ਔਰਤਾਂ ਜਾਂ ਪਰਿਵਾਰ ਬਾਹਰ ਗਏ ਹਨ ਉਹਦੇ ਵਿੱਚ ਬੜਾ ਵੱਡਾ ਝਗੜਾ ਹੈ ਪਤੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਚਾਹੁੰਦਾ ਹੈ ਠੀਕ ਹੈ ਜੀ ਤੇ ਪਤਨੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਚਾਹੁੰਦੀ ਹੈ ਠੀਕ ਹੈ ਜੀ ਉਥੇ ਇਸ ਗੱਲ ਦਾ ਮੁਕਾਬਲਾ ਚੱਲ ਰਿਹਾ ਹੈ ਕਿ ਤੇਰੇ ਰਿਸ਼ਤੇਦਾਰ ਕਿਉਂ ਆ ਰਹੇ ਹਨ ਮੇਰੇ ਰਿਸ਼ਤੇਦਾਰ ਵੀ ਹੋਣੇ ਚਾਹੀਦੇ ਹਨ ਜੀ ਜੀ ਸੋ ਇਸ ਕਰਕੇ ਉਥੇ ਕਾਰਨ ਕੋਈ ਵੱਖਰਾ ਹੋਵੇ ਵੱਖਰੇ ਕਾਰਨ ਹੁੰਦੇ ਹਨ ਜੀ ਪਰੰਤੂ ਝਗੜਾ ਜਿਹੜਾ ਨਾ ਉਹ ਕਾਮਨ ਹੈ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚ ਮਿਠਾਸ ਨਹੀਂ ਹੈ ਉਹਨਾਂ ਦੇ ਰਿਲੇਸ਼ਨਸ਼ਿਪ ਵਿੱਚ ਨਿਗ ਨਹੀਂ ਹੈ ਹੁਣ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਹੈ ਉਸ ਦੇ ਵਿੱਚ ਕੋਈ ਆਪਣਤ ਦੀ ਭਾਵਨਾ ਨਹੀਂ ਹੈ ਉਹਦੇ ਵਿੱਚ ਸੈਕਰੀਫਾਈਸ ਦੀ ਭਾਵਨਾ ਨਹੀਂ ਹੈ ਉਹਦੇ ਵਿੱਚ ਖੋਹਣ ਦੀ ਭਾਵਨਾ ਹੈ ਕਿ ਮੈਨੂੰ ਇਹ ਮਿਲਣਾ ਚਾਹੀਦਾ ਮੈਨੂੰ ਇਹ ਮਿਲਣਾ ਚਾਹੀਦਾ ਮੈਨੂੰ ਇਹ ਮਿਲਣਾ ਚਾਹੀਦਾ ਸੋ ਇਸ ਕਰਕੇ ਸਾਡੇ ਰਿਸ਼ਤੇ ਜਿਹੜੇ ਹਨ ਉਹ ਟਿੜਕਦੇ ਜਾ ਰਹੇ ਦਸਵੇਂ ਪੜਨ ਵਾਲਾ ਬੱਚਾ ਜਿਹੜਾ ਨਾ ਹੁਣ ਮੁੰਡਾ ਉਹ ਬੁਲੇਟ ਮੰਗਦਾ ਬਿਲਕੁਲ ਬੁਲੇਟ ਦਾ ਪੜਾਈ ਦੇ ਨਾਲ ਕੋਈ ਸਬੰਧ ਨਹੀਂ ਹੈ ਬਿਲਕੁਲ ਬੁਲੇਟ ਦਾ ਸੈਰ ਕਰਨ ਵਾਸਤੇ ਰੇਸ ਲਾਉਣ ਵਾਸਤੇ ਤੇਜ਼ ਚਲਾਉਣ ਵਾਸਤੇ ਸੜਕਾਂ ਤੇ ਦੌੜਾਂ ਲਾਉਣ ਵਾਸਤੇ ਇਹਦਾ ਪੜਾਈ ਨਾਲ ਕੋਈ ਸਬੰਧ ਨਹੀਂ ਹੈ ਬਿਲਕੁਲ ਬੁਲੇਟ ਦੀ ਜਿਹੜੀ ਆਵਾਜ਼ ਹੈ ਨਾ ਉਹ ਉਹਨਾਂ ਨੂੰ ਤੰਗ ਕਰਦੀ ਹੈਗੀ ਹੁਣ ਜਦੋਂ ਉਹਦੇ ਮਨ ਦੇ ਵਿੱਚ ਬੁਲੇਟ ਵੱਡ ਜਾਂਦਾ ਨਾ ਬਿਲਕੁਲ ਤੇ ਪੜਾਈ ਖਤਮ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਫਿਰ ਗੈਂਗ ਬਣ ਜਾਂਦੇ ਆ ਬਿਲਕੁਲ ਬੁਲਟ ਵਾਲੇ ਮੁੰਡੇ ਜਿਹੜੇ ਹਨ ਉਹ ਸਾਰੇ ਆਪਣਾ ਗਰੁੱਪ ਬਣਾ ਲੈਂਦੇ ਆ ਗਰੁੱਪ ਬਣਾ ਲੈਂਦੇ ਆ ਉਸ ਨਾਲ ਹੁੰਦਾ ਕੀ ਹੈ ਜਿਨ੍ਹਾਂ ਕੋਲ ਬੁਲਟ ਨਹੀਂ ਹੈ ਉਹਨਾਂ ਨੂੰ ਉਹ ਨਫ਼ਰਤ ਕਰਦੇ ਹਨ ਬਿਲਕੁਲ ਤੇ ਜਿਨ੍ਹਾਂ ਕੋਲ ਕਾਰਾਂ ਹੁੰਦੀਆਂ ਉਹ ਬੁਲਟ ਵਾਲਿਆਂ ਨੂੰ ਨਫ਼ਰਤ ਕਰਦੇ ਆ ਬੁਲਟ ਵਾਲੇ ਜਿਹੜੇ ਹਨ ਕਾਰਾਂ ਵਾਲਿਆਂ ਨੂੰ ਚੈਲੰਜ ਕਰਦੇ ਆ ਇਸ ਕਰਕੇ ਉਹ ਜਿਹੜੇ ਬੁਲਟ ਵਾਲੇ ਹਨ ਉਹ ਆਪਣੀ ਆਮਦਨ ਵਧਾਉਣਾ ਚਾਹੁੰਦੇ ਆ ਆਮਦਨ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਬੱਚਿਆਂ ਦੀਆਂ ਤਰਜੀਹਾਂ ਬਦਲ ਗਈਆਂ ਹਨ ਉਹ ਕੀ ਚਾਹੁੰਦੇ ਹਨ ਉਹ ਦੱਸਦੇ ਨਹੀਂ ਕੋਈ ਜਾਣ ਨਹੀਂ ਸਕਦਾ ਹੈ ਕਿ ਕੀ ਚਾਹੁੰਦੇ ਹਨ ਐਸੇ ਕਰਕੇ ਉਹਨਾਂ ਨੂੰ ਜਦੋਂ ਇੱਥੇ ਆਪਣੀਆਂ ਆਸ਼ਾਵਾ ਪੂਰੀਆਂ ਨਹੀਂ ਹੁੰਦੀਆਂ ਲੱਗਦੀਆਂ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਤੇ ਕਈ ਸਮਝਣ ਪਹਿਲਾਂ ਲੋਕ ਜਿਹੜੇ ਸੀ ਨਾ ਬੰਬਈ ਚਲੇ ਜਾਂਦੇ ਸੀਗੇ ਮੁੰਡੇ ਦੌੜ ਕੇ ਬੰਬਈ ਚਲੇ ਜਾਂਦੇ ਸੀ ਤੇ ਬੰਬਈ ਉਹ ਇਹੋ ਸਮਝਦੇ ਸੀ ਜਿਵੇਂ ਕਿ ਉੱਥੇ ਨਾ ਸਟੇਸ਼ਨ ਤੇ ਹੀ ਖੜੇ ਹੋਣਗੇ ਲੋਕ ਸਾਨੂੰ ਰਿਸੀਵ ਕਰਨ ਵਾਸਤੇ ਤੇ ਜਾਂਦੇ ਸਾਰ ਸਾਨੂੰ ਫਿਲਮਾਂ ਦੇ ਵਿੱਚ ਕੰਮ ਮਿਲ ਜਾਏਗਾ ਜਾਂਦੇ ਸਾਰ ਅਸੀਂ ਹੀਰੋ ਬਣ ਜਾਵਾਂਗੇ ਪਰੰਤੋ ਇਹੋ ਜਿਹਾ ਕੁਝ ਹੁੰਦਾ ਨਹੀਂ ਹੈ ਜਦੋਂ ਨਹੀਂ ਹੁੰਦਾ ਫਿਰ ਉਹ ਕ੍ਰਿਮੀਨਲ ਬਣ ਜਾਂਦੇ ਆ ਦੋਸਤੋ ਜਿਵੇਂ ਤੁਸੀਂ ਸਾਡੀਆਂ ਪਹਿਲਾਂ ਵਾਲੀਆਂ ਵੀਡੀਓ ਵੇਖੀਆਂ ਹੋਣਗੀਆਂ ਕਿ ਉਹਨਾਂ ਦੇ ਵਿੱਚ ਡਾਕਟਰ ਸਾਹਿਬ ਨੇ ਜੋ ਬੱਚੇ ਵਿਦੇਸ਼ ਜਾਣੇ ਨੇ ਉਹਨਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਆ ਤੇ ਬੱਚੇ ਵੀ ਧਿਆਨ ਰੱਖਣਾ ਤੇ ਮਾਂ ਪਿਓ ਵੀ ਧਿਆਨ ਰੱਖਣਾ ਤੇ ਉਸ ਦੇ ਨਾਲ ਹੀ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਹੀਏ ਤੇ ਇੱਕ ਔਰਤ 165 ਕਿਸਮ ਦੇ ਉਹ ਕਿਹੜੇ ਕਿਹੜੇ ਕੰਮ ਕਰਦੀ ਹੈ ਸਾਰੀਆਂ ਵੀਡੀਓ ਇਸ ਚੈਨਲ ਤੇ ਪਹਿਲਾਂ ਆਈਆਂ ਨੇ ਤੇ ਅੱਜ ਆਪਾਂ ਫਿਰ ਦੁਬਾਰਾ ਪਹੁੰਚੇ ਹਾਂ ਤੇ ਨਵੀਆਂ ਵਿਚਾਰਾਂ ਕਰਾਂਗੇ ਤੇ ਸਾਰ ਸਾਡੀ ਚੈਨਲ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਨਵਸ਼ ਕਰ ਕਰਦੇ ਹਾਂ ਤੇ ਦੋਸਤੋ ਅੱਜ ਦਾ ਜੋ ਆਪਣਾ ਵਿਸ਼ਾ ਉਹ ਰਿਸ਼ਤੇ ਆ ਸਾਡੇ ਘਰਾਂ ਦੇ ਵਿੱਚ ਹਰੇਕ ਸਹੂਲਤਾਂ ਹੋਣ ਦੇ ਬਾਵਜੂਦ ਵੀ ਫਿਰ ਵੀ ਸਾਡੇ ਰਿਸ਼ਤੇ ਅਧੂਰੇ ਨੇ ਜੋ ਪਿਆਰ ਆ ਜੋ ਮਠਿਆਸ ਆ ਉਹ ਖਤਮ ਹੋ ਰਹੀ ਆ ਇਹਦਾ ਸਰ ਕਾਰਨ ਕੀ ਆ ਅਸਲ ਤੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਦੂਜੇ ਦਾ ਧਿਆਨ ਰੱਖਣ ਦੀ ਠੀਕ ਆ ਜੀ ਬਿਰਤੀ ਪ੍ਰਧਾਨ ਸੀ ਠੀਕ ਆ ਜੀ ਪਿਤਾ ਜਿਹੜਾ ਸੀ ਉਹ ਆਪਣੇ ਸਾਰੇ ਆਮਦਨ ਪਰਿਵਾਰ ਉਤੇ ਵੰਡ ਦਿੰਦਾ ਸੀ ਠੀਕ ਆ ਜੀ ਮਾਂ ਜਿਹੜੀ ਸੀਗੀ ਉਹ ਆਪਣੇ ਪਰਿਵਾਰ ਦਾ ਸਹੁਰੇ ਪਰਿਵਾਰ ਦਾ ਰਿਸ਼ਤੇਦਾਰਾਂ ਦੇ ਪਰਿਵਾਰਾਂ ਦਾ ਧਿਆਨ ਰੱਖਦੇ ਸੀ ਜੀ ਅੱਜ ਕੱਲ ਨਾ ਇਛਾਵਾਂ ਪ੍ਰਦਾਨ ਹੋ ਗਈਆਂ ਕਰਤੱਵ ਪ੍ਰਦਾਨ ਨਹੀਂ ਰਹੇ ਠੀਕ ਹੈ ਜੀ ਦੋ ਚੀਜ਼ਾਂ ਹੁੰਦੀਆਂ ਜੀ ਕਰਤੱਵ ਅਤੇ ਅਧਿਕਾਰ ਠੀਕ ਹੈ ਜੀ ਅਧਿਕਾਰ ਹੁੰਦਾ ਜੋ ਮੈਨੂੰ ਚਾਹੀਦਾ ਹੈ ਠੀਕ ਹੈ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਮੈਨੂੰ ਘਰ ਦੇ ਵਿੱਚੋਂ ਖਾਣਾ ਮਿਲਣਾ ਚਾਹੀਦਾ ਹੈ। ਬਿਲਕੁਲ। ਘਰ ਦੇ ਵਿੱਚ ਮੈਨੂੰ ਆਰਾਮ ਮਿਲਣਾ ਚਾਹੀਦਾ। ਘਰ ਦੇ ਵਿੱਚ ਮੇਰਾ ਸਤਕਾਰ ਹੋਣਾ ਚਾਹੀਦਾ। ਅਸੀਂ ਸਾਰੇ ਦੁਨੀਆ ਦਾ ਮੁਕਾਬਲਾ ਕਰਨ ਤੋਂ ਬਾਅਦ ਘਰ ਵਾਪਸ ਆਉਂਦੇ ਆਂ ਕਿਉਂਕਿ ਸਾਨੂੰ ਉੱਥੇ ਸਕੂਨ ਮਿਲਦਾ ਹੈ। ਸਾਨੂੰ ਉੱਥੇ ਆਰਾਮ ਮਿਲਦਾ ਹੈ। ਬਿਲਕੁਲ ਬਿਲਕੁਲ। ਹੁਣ ਇਹ ਹੁੰਦਾ ਕਿ ਘਰਾਂ ਦੇ ਅੰਦਰ ਹੀ ਲੜਾਈ ਹੋ ਰਹੀ ਹੈ। ਬਿਲਕੁਲ। ਪਹਿਲਾਂ ਤਾਂ ਬਾਹਰ ਹੀ ਹੁੰਦੇ ਸੀਗੇ। ਜੀ ਜੀ। ਬਾਹਰ ਦੀ ਦੁਨੀਆ ਨਾਲ ਸਾਡਾ ਸਬੰਧ ਜਿਹੜਾ ਸੀ ਉਹ ਮੁਕਾਬਲੇ ਵਾਲਾ ਹੁੰਦਾ ਸੀ। ਹੁਣ ਘਰ ਦੇ ਅੰਦਰ ਵੀ ਹੁੰਦੀ ਹੈ। ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਘਰ ਜਾਣ ਤੋਂ ਡਰਦੇ ਹਨ ਜੀ ਮੈਨੂੰ ਇੱਕ ਵਾਰੀ ਬਾਜ਼ਾਰ ਦੇ ਵਿੱਚ ਇੱਕ ਔਰਤ ਮਿਲੀ ਜਿਸ ਦਾ ਘਰ ਬੜੀ ਦੂਰ ਸੀ ਠੀਕ ਹੈ ਮੈਂ ਉਸ ਨੂੰ ਪੁੱਛਿਆ ਕਿ ਤੂੰ ਇਸ ਬਾਜ਼ਾਰ ਵਿੱਚ ਕੀ ਕਰ ਰਹੀ ਹੈ ਠੀਕ ਹੈ ਤੇਰੇ ਘਰ ਦੇ ਨੇੜੇ ਵੀ ਬਾਜ਼ਾਰ ਹੈ ਜਿਹੜੀਆਂ ਚੀਜ਼ਾਂ ਤੂੰ ਇੱਥੇ ਲੈਣ ਆਈਆਂ ਉਹ ਉੱਥੇ ਵੀ ਮਿਲਦੀਆਂ ਬਿਲਕੁਲ ਤੇ ਉਸ ਨੇ ਮੈਨੂੰ ਬੜੇ ਮਾਇੂਸੀ ਦੇ ਨਾਲ ਕਿਹਾ ਕਹਿੰਦੇ ਜਿੰਨਾ ਵਕਤ ਘਰ ਤੋਂ ਬਾਹਰ ਗੁਜ਼ਰ ਜਾਵੇ ਉਨਾ ਹੀ ਚੰਗਾ ਅੱਛਾ ਜੀ ਉੱਥੇ ਜਾ ਕੇ ਲੜਾਈ ਝਗੜਾ ਤੇ ਮੈਂ ਉਹ ਲੜਾਈ ਝਗੜੇ ਦੇ ਵਿੱਚ ਪਹਿਲਾਂ ਹੀ ਥੱਕੀ ਹੋਈ ਨੇ ਮੈਂ ਨੌਕਰੀ ਕਰਦੀ ਸੀ ਉਹ ਪਹਿਲਾਂ ਹੀ ਥੱਕੇ ਹੁੰਦੇ ਆ ਤੇ ਘਰ ਆ ਕੇ ਫੇਰ ਲੜਾਈ ਝਗੜਾ ਸ਼ੁਰੂ ਕਰ ਦਿੰਦੇ ਸੋ ਹੁਣ ਕਰਤੱਵ ਜਿਹੜਾ ਹੈ ਨਾ ਉਸ ਦੀ ਕੋਈ ਪਰਵਾਹ ਨਹੀਂ ਕਰਦਾ ਹਾਂ ਹਰ ਕੋਈ ਕਹਿੰਦਾ ਕਿ ਮੈਨੂੰ ਆ ਵੀ ਮਿਲਣਾ ਚਾਹੀਦਾ ਮੈਨੂੰ ਆ ਵੀ ਮਿਲਣਾ ਚਾਹੀਦਾ ਮੈਨੂੰ ਆ ਵੀ ਮਿਲਣਾ ਚਾਹੀਦਾ ਸੋ ਇਸ ਕਰਕੇ ਸਾਡੇ ਰਿਸ਼ਤਿਆਂ ਦੇ ਵਿੱਚ ਤਰੇੜਾਂ ਆ ਗਈਆਂ ਸਾਡੇ ਰਿਸ਼ਤੇ ਜਿਹੜੇ ਹਨ ਨਾ ਉਹ ਟੁੱਟਦੇ ਜਾ ਰਹੇ ਹਨ ਪਤਨੇ ਜਿਹੜੇ ਹੈ ਚਾਹੁੰਦੇ ਹੈ ਕਿ ਉਸ ਦੇ ਜਿਹੜਾ ਆਪਣਾ ਪੇਕਾ ਪਰਿਵਾਰ ਹੈ ਠੀਕ ਹੈ ਉਸ ਨੂੰ ਵੱਧ ਤੋਂ ਵੱਧ ਸਹੂਲਤਾਂ ਇਸ ਪਰਿਵਾਰ ਵਿੱਚੋਂ ਵੀ ਦੇਵਾਂ ਬਿਲਕੁਲ ਪਰੰਤੂ ਜਿਹੜੀ ਗੱਲ ਸੰਭਵ ਨਹੀਂ ਹੁੰਦੀ ਹੈ ਜੀ 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 ਸੋ ਇਸ ਢੰਗ ਦੇ ਨਾਲ ਬੜੇ ਵੱਡੇ ਪ੍ਰੋਬਲਮ ਹੈਗੀ ਹੈ ਠੀਕ ਹੈ ਜੀ ਜਿਹੜੇ ਔਰਤਾਂ ਜਾਂ ਪਰਿਵਾਰ ਬਾਹਰ ਗਏ ਹਨ ਉਹਦੇ ਵਿੱਚ ਬੜਾ ਵੱਡਾ ਝਗੜਾ ਪਤੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਚਾਹੁੰਦਾ ਹੈ ਠੀਕ ਹੈ ਤੇ ਪਤਨੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਚਾਹੁੰਦੀ ਹੈ ਠੀਕ ਹੈ ਉਥੇ ਇਸ ਗੱਲ ਦਾ ਮੁਕਾਬਲਾ ਚੱਲ ਰਿਹਾ ਹੈ ਕਿ ਤੇਰੇ ਰਿਸ਼ਤੇਦਾਰ ਕਿਉਂ ਆ ਰਹੇ ਹਨ ਮੇਰੇ ਰਿਸ਼ਤੇਦਾਰ ਵੀ ਆਉਣੇ ਚਾਹੀਦੇ ਹਨ ਜੀ ਜੀ ਸੋ ਇਸ ਕਰਕੇ ਉਥੇ ਕਾਰਨ ਕੋਈ ਵੱਖਰਾ ਹੋਵੇ ਵੱਖਰੇ ਕਾਰਨ ਹੁੰਦੇ ਹਨ ਜੀ ਪਰੰਤੂ ਝਗੜਾ ਜਿਹੜਾ ਨਾ ਉਹ ਕਾਮਨ ਹੈ ਠੀਕ ਹੈ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚ ਮਿਠਾਸ ਨਹੀਂ ਹੈ ਉਨ੍ਹਾਂ ਦੇ ਰਿਲੇਸ਼ਨਸ਼ਿਪ ਵਿੱਚ ਨਿਗ ਨਹੀਂ ਹੈ ਹੁਣ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਹੈ ਉਸ ਦੇ ਵਿੱਚ ਕੋਈ ਆਪਣਤ ਦੀ ਭਾਵਨਾ ਨਹੀਂ ਹੈ ਉਹਦੇ ਵਿੱਚ ਸੈਕਰੀਫਾਈਸ ਦੀ ਭਾਵਨਾ ਨਹੀਂ ਹੈ ਉਹਦੇ ਵਿੱਚ ਖੋਹਣ ਦੀ ਭਾਵਨਾ ਹੈ ਕਿ ਮੈਨੂੰ ਇਹ ਮਿਲਣਾ ਚਾਹੀਦਾ ਮੈਨੂੰ ਇਹ ਮਿਲਣਾ ਚਾਹੀਦਾ ਮੈਨੂੰ ਇਹ ਮਿਲਣਾ ਚਾਹੀਦਾ ਸੋ ਇਸ ਕਰਕੇ ਸਾਡੇ ਰਿਸ਼ਤੇ ਜਿਹੜੇ ਹਨ ਉਹ ਟਿੜਕਦੇ ਜਾ ਰਹੇ ਹਨ ਕਿਉਂਕਿ ਅਸੀਂ ਆਪਣੇ ਅਧਿਕਾਰਾਂ ਬਾਰੇ ਵਧੇਰੇ ਸੁਚੇਤ ਹੋ ਗਏ ਹਾਂ ਤੇ ਜਿਹੜੀਆਂ ਸਾਡੀਆਂ ਡਿਊਟੀਆਂ ਹਨ ਕਰਤਵ ਹਨ ਓਹੋ ਅਸੀਂ ਭੁੱਲਦੇ ਜਾ ਰਹੇ ਹਾਂ ਇਸ ਦੇ ਵਿੱਚ ਧਰਮ ਦਾ ਵੀ ਜਿਹੜਾ ਨਾ ਪ੍ਰਭਾਵ ਹੈ ਧਰਮ ਦਾ ਪ੍ਰਭਾਵ ਘਟਣ ਕਰਕੇ ਨਾ ਅਸੀਂ ਜਿਆਦਾ ਸੈਲਫਿਸ਼ ਹੋ ਗਏ ਹਾਂ ਧਰਮ ਦਾ ਪ੍ਰਭਾਵ ਜਿਹੜਾ ਹੁੰਦਾ ਉਹ ਮਨੁੱਖ ਨੂੰ ਫੇਰ ਵੀ ਸ਼ਰਮ ਦੀ ਭਾਵਨਾ ਦਿੰਦਾ ਹੈਗਾ ਸੰਕੋਚ ਦੀ ਭਾਵਨਾ ਦਿੰਦਾ ਸੰਜਮ ਦੀ ਭਾਵਨਾ ਦਿੰਦਾ ਤੁਸੀਂ ਦੇਖੋ ਕਿ ਅਸੀਂ ਹਰ ਕਿਸੇ ਨਾਲ ਚੰਗਾ ਵਿਹਾਰ ਕਰਦੇ ਹਾਂ ਜੀ ਸਰ ਸ਼ਮਸ਼ਾਨ ਘਾਟ ਤੇ ਜਾਂਦੇ ਹਾਂ ਉੱਥੇ ਵੀ ਚੰਗਾ ਵਿਹਾਰ ਕਰਦੇ ਹਾਂ ਪਰੰਤੂ ਜਦ ਬਾਹਰ ਨਿਕਲਦੇ ਸਾਰ ਹੀ ਅਸੀਂ ਫੇਰ ਪੁਰਾਣੇ ਕਿਸਮ ਦੇ ਬੰਦੇ ਬਣ ਜਾਂਦੇ ਹਾਂ ਫੇਰ ਉਹੀ ਗੱਲਾਂ ਚੱਲਣ ਲੱਗ ਪੈਂਦੀਆਂ ਮੈਂ ਬੜਾ ਹੈਰਾਨ ਹੋਇਆ ਪਿੱਛੇ ਜਾ ਕੇ ਕਿਸੇ ਦੇ ਸੰਸਕਾਰ ਤੇ ਮੈਂ ਗਿਆ ਅੱਛਾ ਤੇ ਉੱਥੇ ਦੋ ਬੰਦੇ ਆਪਣੇ ਤੀਪੁੱਤਰ ਦੇ ਰਿਸ਼ਤੇ ਦੀ ਗੱਲ ਕਰ ਰਹੇ ਸੀ ਜਦੋਂ ਕੋਈ ਗੱਲ ਕੀਤੀ ਜਾਂਦੀ ਹੈ ਨਾ ਉਹ ਗੱਲ ਕਰਨ ਦਾ ਇੱਕ ਸਥਾਨ ਹੁੰਦਾ ਹੈ ਉੱਥੇ ਉਸ ਸਥਾਨ ਤੇ ਹੀ ਗੱਲ ਕੀਤੀ ਜਾਵੇ ਤਾਂ ਠੀਕ ਹੁੰਦੀ ਹੈ ਇੱਕ ਉਹਦਾ ਵਕਤ ਵੀ ਹੁੰਦਾ ਵਕਤ ਹੁੰਦਾ ਇਹ ਵਕਤ ਸਰ ਗੱਲ ਕੀਤੀ ਜਾਵੇ ਤਾਂ ਠੀਕ ਹੁੰਦੀ ਹੈ ਬਰੰਤੋ ਹੁਣ ਕੀ ਹੈਗਾ ਕਿ ਸਾਡੇ ਇਹ ਜਿਹੜੇ ਝਗੜੇ ਹਨ ਇਹਨੇ ਡੋਮਿਨੇਟ ਕਰਨ ਲੱਗ ਪਏ ਹਨ ਕਿ ਸਾਨੂੰ ਸੁਪਨੇ ਵੀ ਝਗੜਿਆਂ ਦੇ ਆਉਂਦੇ ਹਨ ਅਸੀਂ ਉਠਣ ਸਾਰੇ ਝਗੜੇ ਜਿਹੜੇ ਹਨ ਉਹ ਕਰਨ ਲੱਗ ਪੈਂਦੇ ਹਨ ਸੋ ਇਸ ਤਰ੍ਹਾਂ ਜਦੋਂ ਬੰਦਾ ਜਾਂਦਾ ਹੈ ਨਾ ਉਸ ਵੇਲੇ ਉਹ ਤਰੋ ਤਾਜ਼ਾ ਹੋਣਾ ਚਾਹੀਦਾ ਪਰੰਤੂ ਜਾਣ ਵੇਲੇ ਹੀ ਥਕਿਆ ਹੋਇਆ ਹੁੰਦਾ ਹੈ ਤੇ ਆਉਣ ਵੇਲੇ ਤਾਂ ਹਾਰਿਆ ਹੋਇਆ ਹੁੰਦਾ ਇਸ ਕਰਕੇ ਜ਼ਿੰਦਗੀ ਦੇ ਵਿੱਚੋਂ ਜਿਹੜਾ ਸਕੂਨ ਹੈ ਜਿਹੜਾ ਸ਼ਾਂਤੀ ਹੈ ਉਹ ਦੌੜਦੀ ਜਾ ਰਹੀ ਹੈ ਜੀ ਜੀ ਖਤਮ ਹੁੰਦੀ ਜਾ ਰਹੀ ਹੈ ਸਾਡੇ ਦੇਸ਼ ਦੇ ਹਿੰਦੂ ਕਲਚਰ ਜਿਹੜਾ ਹੈ ਉਸ ਦੀ ਇੱਕ ਖਾਸੀਅਤ ਹੈਗੀ ਹੈ ਉਹ ਸ਼ਾਂਤੀ ਤੇ ਬਹੁਤ ਵੱਲ ਦਿੰਦਾ ਹੈ ਠੀਕ ਬਿਲਕੁਲ ਓਮ ਸ਼ਾਂਤੀ 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 ਮਲੇ ਸਾਰਾ ਹਿੰਦੁਸਤਾਨੀ ਫਲਸਫਾ ਜਿਹੜਾ ਨਾ ਉਹ ਸ਼ਾਂਤੀ ਤੇ ਕੇਂਦਰਿਤ ਹੈ ਪਰੰਤੂ ਹੁਣ ਸ਼ਾਂਤੀ ਕਿਧਰੇ ਵੀ ਨਹੀਂ ਹੈ ਸ਼ਾਂਤੀ ਤਾਂ ਮਰ ਕੇ ਵੀ ਨਹੀਂ ਹੈ ਸ਼ਾਂਤੀ ਤਾਂ ਕਿਸੇ ਕਾਰਨ ਵੀ ਨਹੀਂ ਹੈ ਇੱਕ ਪਰਿਵਾਰ ਸੀ ਉਹਦੇ ਵਿੱਚ ਇੱਕ ਪਿਤਾ ਉਹਦੇ ਕੋਲ ਵਸੀਲੇ ਸੀ ਉਹ ਆਪਣੇ ਪੁੱਤਰ ਨੂੰ ਜਨਮ ਦਿਨ ਤੇ ਬੜੀਆਂ ਮਹਿੰਗੇ ਮਹਿੰਗੇ ਗਿਫਟ ਦਿੰਦਾ ਸੀ ਠੀਕ ਹੈ ਜੀ ਤੇ ਇੱਕ ਪੜਾ ਤੇ ਆ ਕੇ ਉਸ ਪੁੱਤਰ ਨੂੰ ਹਰ ਚੀਜ਼ ਲੈਣ ਦੀ ਇਤਨੀ ਆਦਤ ਪੈ ਗਈ ਇਤਨਾ ਉਹਦਾ ਲਾਲਚ ਵੱਧ ਗਿਆ ਜੀ ਕਿ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਜਿਹੜੀ ਜਾਇਦਾਦ ਹੈ ਨਾ ਇਹ ਤੁਸੀਂ ਮੇਰੇ ਨਾਂ ਕਰਵਾ ਦਿਓ ਠੀਕ ਹੈ ਜੀ ਪਿਤਾ ਨੇ ਕਿਹਾ ਵੀ ਜਦੋਂ ਮੈਂ ਮਰ ਜਾਵਾਂਗਾ ਉਹ ਜਾਇਦਾਦ ਸਾਰੀ ਤੈਨੂੰ ਉਂਝੇ ਮਿਲ ਜਾਣੀ ਹੈ ਤੂੰ ਮੇਰਾ ਪੁੱਤਰ ਹੈਗਾ ਬਿਲਕੁਲ ਕਹਿੰਦਾ ਨਹੀਂ ਲਵਾ ਦਿਓ ਤੇ ਪਿਤਾ ਨੇ ਉਹ ਲਵਾਈ ਨਾ ਤੇ ਪੁੱਤਰ ਨੇ ਬੰਦੇ ਹਾਇਰ ਕਰਕੇ ਜੀ ਉਹਨਾਂ ਨੂੰ ਪੈਸੇ ਦੇ ਕੇ ਆਪਣੇ ਪਰਿਵਾਰ ਨੂੰ ਮਰਵਾਉਣ ਦਾ ਯਤਨ ਕੀਤਾ ਮਤਲਬ ਮਾਂ ਵੀ ਮਰ ਗਈ ਉਸ ਹਾਮਲੇ ਦੇ ਵਿੱਚ ਉਹਦੀ ਭੈਣ ਵੀ ਮਰ ਗਈ ਜੀ ਪਿਤਾ ਬਚ ਗਿਆ ਪਿਤਾ ਬਚ ਗਿਆ ਪਰੰਤੂ ਉਸ ਬੰਦੇ ਦੇ ਮੁਕੱਦਮਾ ਜਦੋਂ ਚੱਲਿਆ ਤਾਂ ਉਸ ਨੂੰ ਮੌਤ ਦੀ ਸਜ਼ਾ ਹੋਈ ਪਰੰਤੂ ਉਸ ਨੂੰ ਕਿਸੇ ਕਿਸਮ ਦਾ ਕੋਈ ਪਛਤਾਵਾ ਨਹੀਂ ਸੀ ਜੀ ਕਿ ਮੈਂ ਜੋ ਕੀਤਾ ਹੈਗਾ ਉਹ ਮਾੜਾ ਹੈਗਾ ਮਾੜਾ ਜੇਲਾਂ ਦੇ ਵਿੱਚ ਲੰਮੀ ਸਜ਼ਾ ਇਸ ਵਾਸਤੇ ਦਿੱਤੀ ਜਾਂਦੀ ਹੈ ਤਾਂ ਕਿ ਉਸ ਬੰਦੇ ਨੂੰ ਜ਼ਿੰਦਗੀ ਵਿੱਚ ਪਛਤਾਵਾ ਹੋਵੇ ਤਾਂ ਕਿ ਉਸ ਨੂੰ ਵੇਖ ਕੇ ਦੂਜੇ ਲੋਕ ਵੀ ਜਿਹੜੇ ਹਨ ਨਾ ਉਹ ਕ੍ਰਾਈਮ ਕਰਨ ਤੋਂ ਡਰਨ ਪਰੰਤੂ ਹੁਣ ਤਾਂ ਕ੍ਰਾਈਮ ਜਿਹੜਾ ਹੈ ਇਹ ਅਮੀਰ ਹੋਣ ਦਾ ਇੱਕ ਢੰਗ ਬਣ ਗਿਆ ਹੁਣ ਤਾਂ ਗੈਂਗਸਟਰਸ ਜਿਹੜੇ ਹੈਗੇ ਆ ਉਹ ਪੈਸੇ ਕੋਈ ਕੰਮ ਨਹੀਂ ਕਰਦੇ ਹੈਗੇ ਉਹ ਤਾਂ ਹੋਰਾਂ ਨੂੰ ਟੈਲੀਫੋਨ ਕਰਕੇ ਉਹਨਾਂ ਨੂੰ ਕਹਿੰਦੇ ਆ 5 ਕਰੋੜ ਰੁਪਏ ਸਾਨੂੰ ਦਿਓ 2 ਕਰੋੜ ਰੁਪਇਆ ਸਾਨੂੰ ਦਿਓ 10 ਲੱਖ ਰੁਪਇਆ ਸਾਨੂੰ ਦਿਓ ਇਸ ਕਿਸਮ ਦੀਆਂ ਗੱਲਾਂ ਕਰਦੇ ਆਂ ਟੰਗ ਕੀ ਵਰਤੇ ਜਾ ਰਹੇ ਆਂ ਇੱਕ ਸਿਪਾਹੀ ਸੇਲੋ ਜਾਨੇ ਦੇ ਵਿੱਚ ਜੀ ਉਹ ਉਹਦੇ ਵਾਈਫ ਜਿਹੜੀ ਸੀ ਨਾ ਕਿਸੇ ਤੋਂ ਲਿਫਟ ਲੈਣਦੀ ਸੀ ਜੀ ਤੇ ਉਹ ਸਿਪਾਹੀ ਜਿਹੜਾ ਸੀ ਕਿਸੇ ਇੱਕ ਚੌਕ ਦੇ ਵਿੱਚ ਡਿਊਟੀ ਤੇ ਹੁੰਦਾ ਸੀਗਾ ਜੀ ਤੇ ਉਹ ਔਰਤ ਜਿਹੜੀ ਹੈ ਨਾ ਉਹ ਉਸ ਨੂੰ ਕਹਿੰਦੀ ਸੀ ਮੈਨੂੰ ਮੈਂ ਉਧਰ ਜਾਣਾ ਮੈਨੂੰ ਉਥੇ ਲਾ ਦਿਓ ਜਦੋਂ ਚੌਕ ਵਿੱਚ ਪਹੁੰਚਦੀ ਸੀ ਤੇ ਰੋਲਾ ਪਾ ਦਿੰਦੀ ਸੀ ਇਹਨੇ ਮੈਨੂੰ ਛੇੜਿਆ ਅੱਛਾ ਜੀ ਉਹਦਾ ਆਪਣਾ ਹਸਬੰਡ ਜਿਹੜਾ ਸੀ ਉਹ ਡਿਊਟੀ ਉੱਤੇ ਹੁੰਦਾ ਸੀਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਹੋਇਆ ਕਿ ਕਿ ਉਹ ਹਸਬੰਡ ਤੇ ਉਹ ਔਰਤ ਅਜਨਬੀ ਬਣ ਕੇ ਜਿਹੜੇ ਸੀ ਨਾ ਉਸ ਬੰਦੇ ਤੋਂ ਪੈਸੇ ਲੈਂਦੇ ਸੀਗੇ ਵਾਹ ਵਾਹ ਇੱਕ ਵਾਰੀ ਕੀ ਹੋਇਆ ਕਿ ਉਹ ਬੰਦਾ ਦਫ਼ਤਰ ਜਾ ਰਿਹਾ ਸੀਗਾ ਉਸਨੇ ਉਸ ਲੇਡੀ ਨੂੰ ਲਿਫਟ ਦਿੱਤੀ ਤੇ ਉਹਦੇ ਕੋਲ ਪੈਸੇ ਕੈਸ਼ ਨਹੀਂ ਸੀਗੇ ਜੀ ਉਹਨੇ ਕਿਹਾ ਕਿ 6000 ਰੁਪਏ ਦਿਓ ਤਾਂ ਮੈਂ ਤੁਹਾਨੂੰ ਛੱਡੂੰਗਾ ਜੀ ਉਹ ਕਹਿੰਦਾ ਮੇਰੇ ਕੋਲ ਤਾਂ ਕੈਸ਼ ਹੈ ਨਹੀਂ ਕਹਿੰਦੇ ਚੈੱਕ ਦੇ ਦਿਓ ਠੀਕ ਹੈ ਉਹਨੇ ਚੈੱਕ ਕੱਟ ਦਿੱਤਾ ਮਤਲਬ ਬੰਦਾ ਜਦੋਂ ਬੇਸ਼ਰਮ ਹੋ ਜਾਂਦਾ ਹੈ ਨਾ ਉਹ ਉਸ ਚੈੱਕ ਕਾਰਨ ਫੜਿਆ ਗਿਆ ਅੱਛਾ ਜੀ ਕਿ ਤੈਨੂੰ ਇਸ ਬੰਦੇ ਤੋਂ ਚੈੱਕ ਲੈਣ ਦੀ ਕੀ ਜ਼ਰੂਰਤ ਪਈ ਸੀ ਜੀ ਜੀ ਤੋਂ ਇਸ ਬੰਦੇ ਤੋਂ ਚੈੱਕ ਦੇ ਰਹੀਂ 6000 ਰੁਪਏ ਕਿਸ ਕਲ ਦੇ ਲਈ ਉਹ ਇਸ ਦੇ ਵਿੱਚ ਫੜਿਆ ਗਿਆ بڑے بڑے ਭੇੜੇ ਕੇਸ ਆ ਰਹੇ ਹਨ ਜੋ ਰਿਸ਼ਤੇ ਜਿਹੜੇ ਹਨ ਉਹ ਤਾਂ ਇਹ ਸੇ ਹੱਦ ਤੱਕ ਵਿਗੜ ਚੁਕੇ ਹਨ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਕਿਸ ਤਰ੍ਹਾਂ ਠੀਕ ਹੋਣਗੇ ਕਿਸ ਤਰ੍ਹਾਂ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਦੁਬਾਰਾ ਨਿਗਾ ਆਵੇਗਾ ਸਾਡੇ ਦੇਸ਼ ਦੇ ਵਿੱਚ ਡਾਈਵੋਰਸ ਜਿਹੜੇ ਹਨ ਉਹ ਬੜੇ ਵੱਧ ਰਹੇ ਹਨ ਜੀ ਜੀ ਤੇ ਡਾਈਵੋਰਸ ਦੇ ਵਿੱਚ ਝਗੜਾ ਇਸ ਕਿਸ ਤਰ੍ਹਾਂ ਹੁੰਦਾ ਕਿ ਜਾਇਦਾਦ ਮੇਰੇ ਨਾਂ ਲਵਾਈ ਜਾਵੇ ਜਾਂ ਮੈਨੂੰ ਇਹਨੇ ਪੈਸੇ ਦਿੱਤੇ ਜਾਂ ਜਾਂ ਮੈਨੂੰ ਇਹਨੇ ਪੈਸੇ ਦਿੱਤੇ ਜਾਂ ਇਹ ਮਕਾਨ ਜਿਹੜਾ ਹੈ ਕੋਠੀ ਜਿਹੜੀ ਹੈ ਮੇਰੇ ਨਾਂ ਲਵਾਈ ਜਾਵੇ ਇਹਨਾਂ ਝਗੜਿਆਂ ਦੇ ਕਾਰਨ ਲਾਲਚ ਵਸ ਗਿਆ ਹੈ ਲਾਲਚ ਵਧਣ ਕਰਕੇ ਇਹ ਰਿਸ਼ਤੇ ਜਿਹੜੇ ਹਨ ਉਹ ਟੁੱਟ ਰਹੇ ਹਨ ਰਿਸ਼ਤਿਆਂ ਦੇ ਵਿੱਚੋਂ ਨਿਗ ਖਤਮ ਹੋ ਰਿਹਾ ਹੈ ਇਦੀ ਕਰਕੇ ਅੱਗੇ ਬੱਚਿਆਂ ਦੇ ਵਿੱਚ ਵੀ ਜੋ ਸ਼ਹਿਨ ਸ਼ੀਲਤਾ ਉਹ ਖਤਮ ਹੁੰਦੀ ਜਾ ਰਹੀ ਹੈ ਜੀ ਬੱਚਿਆਂ ਨੂੰ ਸੂਰ ਦਾ ਵਾਦੂ ਮਿਲ ਰਹੀਆਂ ਨੇ ਫਿਰ ਵੀ ਉਹਨਾਂ ਦੀ ਮਤਲਬ ਇੱਕ ਜੋ ਆਨੰਦਾ ਜੋ ਨਿਗਾ ਉਹ ਬੱਚੇ ਨਹੀਂ ਮਾਨ ਰਹੇ ਫਿਰ ਵੀ ਮਤਲਬ ਕਹਿ ਰਹੇ ਨਹੀਂ ਵੀ ਸਾਨੂੰ ਆ ਚੀਜ਼ ਨਹੀਂ ਹੈ ਮਾੜਾ ਜਿਹਾ ਕਿਸੇ ਬੱਚੇ ਨੂੰ ਕਹਿ ਦਈਏ ਉਹਦਾ ਮਤਲਬ ਜਿਹੜਾ ਗੁੱਸਾ ਜਾ ਪਾਰ ਅਸਮਾਨ ਦੇ ਨਾਲ ਛੂੰਦਾ ਦਸਵੇਂ ਪੜਨ ਵਾਲਾ ਬੱਚਾ ਜਿਹੜਾ ਨਾ ਹੁਣ ਮੁੰਡਾ ਉਹ ਬੁਲੇਟ ਮੰਗਦਾ ਬਿਲਕੁਲ ਬੁਲੇਟ ਦਾ ਪੜਾਈ ਦੇ ਨਾਲ ਕੋਈ ਸਬੰਧ ਨਹੀਂ ਹੈ ਬਿਲਕੁਲ ਬੁਲੇਟ ਦਾ ਸੈਰ ਕਰਨ ਵਾਸਤੇ ਰੇਸ ਲਾਉਣ ਵਾਸਤੇ ਤੇਜ਼ ਚਲਾਉਣ ਵਾਸਤੇ ਸੜਕਾਂ ਤੇ ਦੌੜਾਂ ਲਾਉਣ ਵਾਸਤੇ ਰੌਲਾ ਬੁਣਾ ਵਾਸਤੇ ਇਹਦਾ ਪੜਾਈ ਨਾਲ ਕੋਈ ਸਬੰਧ ਨਹੀਂ ਹੈ ਬਿਲਕੁਲ ਬੁਲਟ ਦੀ ਜਿਹੜੀ ਆਵਾਜ਼ ਹੈ ਨਾ ਉਹ ਉਹਨਾਂ ਨੂੰ ਤੰਗ ਕਰਦੀ ਹੈਗੀ ਹੁਣ ਜਦੋਂ ਉਹਦੇ ਮੰਦਰ ਵਿੱਚ ਬੁਲਟ ਵੜ ਜਾਂਦਾ ਨਾ ਬਿਲਕੁਲ ਤੇ ਪੜਾਈ ਖਤਮ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਫਿਰ ਗੈਂਗ ਬਣ ਜਾਂਦੇ ਆ ਬਿਲਕੁਲ ਬੁਲਟ ਵਾਲੇ ਮੁੰਡੇ ਜਿਹੜੇ ਹਨ ਉਹ ਸਾਰੇ ਆਪਣਾ ਗਰੁੱਪ ਬਣਾ ਲੈਂਦੇ ਆ ਗਰੁੱਪ ਬਣਾ ਲੈਂਦੇ ਆ ਉਸ ਨਾਲ ਹੁੰਦਾ ਕੀ ਹੈ ਜਿਨ੍ਹਾਂ ਕੋਲ ਬੁਲਟ ਨਹੀਂ ਹੈ ਉਹਨਾਂ ਨੂੰ ਉਹ ਨਫ਼ਰਤ ਕਰਦੇ ਆ ਬਿਲਕੁਲ ਤੇ ਜਿਨ੍ਹਾਂ ਕੋਲ ਕਾਰਾਂ ਹੁੰਦੀਆਂ ਉਹ ਬੁਲਟ ਵਾਲਿਆਂ ਨੂੰ ਨਫ਼ਰਤ ਕਰਦੇ ਆ ਬੁਲੇਟ ਵਾਲੇ ਜਿਹੜੇ ਹਨ ਕਾਰਾਂ ਵਾਲਿਆਂ ਨੂੰ ਚੈਲੰਜ ਕਰਦੇ ਆ ਇਸ ਕਰਕੇ ਉਹ ਜਿਹੜੇ ਬੁਲੇਟ ਵਾਲੇ ਹਨ ਉਹ ਆਪਣੀ ਆਮਦਨ ਵਧਾਉਣਾ ਚਾਹੁੰਦੇ ਆ ਆਮਦਨ ਵਧਾਉਣ ਦਾ ਟੰਗ ਕੀ ਹੈ ਉਹ ਚੈਨੀਆਂ ਲਾਉਣ ਲੱਗ ਪੈਂਦੇ ਆ ਉਹ ਸਾਡੇ ਯੂਨੀਵਰਸਿਟੀ ਦੇ ਵਿੱਚ ਵੀ ਕਈ ਵਾਰੀ ਕਈ ਮੁੰਡੇ ਸੀ ਇੱਕ ਵਾਰੀ ਗਰੁੱਪ ਸੀ ਉਹ ਦਿਨੇ ਤਾਂ ਪੜ੍ਹਦੇ ਸੀ ਤੇ ਰਾਤ ਨੂੰ ਕਾਰਾਂ ਚੋਰੀ ਕਰਦੇ ਸੀ ਅੱਛਾ ਜੀ ਤੇ ਜਦੋਂ ਪਤਾ ਲੱਗਿਆ ਤਾਂ ਬੜੀ ਹੈਰਾਨੀ ਹੋਈ ਉਹ ਟੀਚਰਸ ਨੂੰ ਵੀ ਮੇਰੇ ਮਲੇ ਸਟੂਡੈਂਟ ਮੇਰੇ ਨਾਲ ਵੀ ਸੰਬੰਧ ਸੀ ਅੱਛਾ ਜੀ ਮੈਂ ਬੜਾ ਹੈਰਾਨ ਹੋਇਆ ਵੀ ਇਹ ਕੀ ਸੋਚ ਕੇ ਕਾਰਾਂ ਚੋਰੀ ਕਰਦਾ ਹੈਗਾ ਬਿਲਕੁਲ ਕਾਰ ਤਾਂ ਜਦੋਂ ਇਹ ਨੌਕਰੀ ਲੱਗੇਗਾ ਜਦੋਂ ਕੰਮ ਕਰੇਗਾ ਕਾਰ ਉਹਦੋਂ ਖਰੀਦੇਗਾ ਪਰੰਤੂ ਭੁੱਖ ਜਿਹੜੀ ਹੈ ਨਾ ਉਸ ਨੂੰ ਸੈਟੀਸਫਾਈ ਨਹੀਂ ਕੀਤਾ ਜਾ ਸਕਤਾ ਸੋ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਬੱਚਿਆਂ ਦੀਆਂ ਤਰਜੀਹਾਂ ਬਦਲ ਗਈਆਂ ਹਨ ਉਹ ਕੀ ਚਾਹੁੰਦੇ ਹਨ ਉਹ ਦੱਸਦੇ ਨਹੀਂ ਕੋਈ ਜਾਣ ਨਹੀਂ ਸਕਦਾ ਹੈ ਇਹ ਕੀ ਚਾਹੁੰਦੇ ਹਨ ਐਸੇ ਕਰਕੇ ਉਹਨਾਂ ਨੂੰ ਜਦੋਂ ਇੱਥੇ ਆਪਣੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਲੱਗਦੀਆਂ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਤੇ ਕਈ ਸਮਝਣ ਪਹਿਲਾਂ ਲੋਕ ਜਿਹੜੇ ਸੀ ਨਾ ਬੰਬਈ ਚਲੇ ਜਾਂਦੇ ਸੀਗੇ ਮੁੰਡੇ ਦੌੜ ਕੇ ਬੰਬਈ ਚਲੇ ਜਾਂਦੇ ਸੀ ਤੇ ਬੰਬਈ ਉਹ ਇਹੋ ਸਮਝਦੇ ਸੀ ਜਿਵੇਂ ਕਿ ਉੱਥੇ ਨਾ ਸਟੇਸ਼ਨ ਤੇ ਹੀ ਖੜੇ ਹੋਣਗੇ ਲੋਕਾਂ ਨੂੰ ਰਿਸੀਵ ਕਰਨ ਵਾਸਤੇ ਤੇ ਜਾਂਦੇ ਸਾਰ ਸਾਨੂੰ ਫਿਲਮਾਂ ਦੇ ਵਿੱਚ ਕੰਮ ਮਿਲ ਜਾਏਗਾ ਜਾਂਦੇ ਸਾਰ ਅਸੀਂ ਹੀਰੋ ਬਣ ਜਾਵਾਂਗੇ ਪਰੰਤੂ ਇਹੋ ਜਿਹਾ ਕੁਝ ਹੁੰਦਾ ਨਹੀਂ ਹੈ ਜਦੋਂ ਨਹੀਂ ਹੁੰਦਾ ਫਿਰ ਉਹ ਕ੍ਰਿਮੀਨਲ ਬਣ ਜਾਂਦੇ ਆ ਫਿਰ ਉਹ ਗੈਂਗਸਟਰਸ ਬਣ ਜਾਂਦੇ ਆ ਫਿਰ ਉਹ ਫਿਰੋਤੀਆਂ ਲੈਣ ਲੱਗ ਪੈਂਦੇ ਹਨ ਫਿਰ ਉਹ ਕ੍ਰਾਈਮ ਕਰਨ ਲੱਗ ਪੈਂਦੇ ਹਨ ਇਸ ਤਰ੍ਹਾਂ ਉਹ 27 28 ਸਾਲ ਦੀ ਉਮਰ ਦੇ ਵਿੱਚ ਉਹ ਜਾਂ ਮਰ ਜਾਂਦੇ ਹਨ ਜਾਂ ਮਾਰੇ ਜਾਂਦੇ ਹਨ ਜਾਂ ਫਾਂਸੀ ਲੱਗ ਜਾਂਦੇ ਹਨ ਫਾਂਸੀ ਬੰਦਾ ਐਵੇਂ ਨਹੀਂ ਲੱਗਦਾ ਹੈ ਫਾਂਸੀ ਕਿਸੇ ਦਾ ਕਤਲ ਕਰਨ ਤੋਂ ਬਾਅਦ ਲੱਗਦਾ ਹੈ ਜਦੋਂ ਉਹ ਕਿਸੇ ਦਾ ਕਤਲ ਕਰਦਾ ਹੈ ਨਾ ਤੇ ਉਸ ਤੋਂ ਮਗਰੋਂ ਉਹ ਇੱਕ ਕਤਲ ਨਾਲ ਨਹੀਂ ਰੁਕਦਾ ਹੋਏਗਾ ਜਿਹੜਾ ਕਤਲ ਕਰੇਗਾ ਉਹ ਗਰੁੱਪ ਬਣਾ ਲਏਗਾ डाकू ਬਣਾ ਐਮਐਫ ਕਰਦੇ ਹੁੰਦੇ ਸੀਗੇ ਡਾਕੂਆਂ ਦੇ ਵਿੱਚ ਜਿਹੜਾ ਇੱਕ ਵਾਰੀ ਆ ਜਾਂਦਾ ਸੀ ਤਾਂ ਬਾਕੀ ਡਾਕੂ ਜਿਹੜੇ ਸੀ ਨਾ ਉਸ ਤੋਂ ਕ੍ਰਾਈਮ ਕਰਾਉਂਦੇ ਸੀ ਕਿ ਤੂੰ ਉਸ ਬੰਦੇ ਨੂੰ ਮਾਰ ਕੇ ਆ ਬਿਲਕੁਲ ਜੀ ਉਸ ਬੰਦੇ ਨੂੰ ਮਾਰਨ ਕਰਕੇ ਉਹ ਉਸ ਗਰੁੱਪ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਤੇ ਉਹ ਪਰਖ ਲੈਂਦੇ ਸੀ ਕਿ ਇਹਦੇ ਵਿੱਚ ਹਿੰਮਤ ਹੈ ਕਿਸੇ ਨੂੰ ਮਾਰਨ ਦੀ ਸੋ ਇਸ ਕਿਸਮ ਦੀ ਦੁਨੀਆ ਦੇ ਵਿੱਚ ਤੁਸੀਂ ਜਾਣ ਸਕਦੇ ਹੋ ਕਿ ਕੀ ਹੋ ਰਿਹਾ ਹੈ ਫਿਲਮਾਂ ਦਾ ਬੜਾ ਪ੍ਰਭਾਵ ਹੈ ਬਿਲਕੁਲ ਜੀ ਗਨਸ ਇਤਨੀਆਂ ਹੋ ਗਈਆਂ ਨੇ ਬੰਦੂਕਾਂ ਇਤਨੀਆਂ ਹੋ ਗਈਆਂ ਹਨ ਪਹਿਲਾਂ ਲਾਠੀਆਂ ਦੇ ਨਾਲ ਹੀ ਲੜਾਈ ਹੁੰਦੀ ਸੀਗੀ ਉਸ ਤੋਂ ਪਹਿਲਾਂ ਥੱਪੜਾਂ ਨਾਲ ਹੀ ਲੜਾਈ ਹੁੰਦੀ ਸੀਗੀ ਥੱਪੜ ਮਾਰ ਦਿੱਤਾ ਜਾਂਦਾ ਸੀ ਕਿਸੇ ਨੂੰ ਟੁੱਟਾ ਮਾਰ ਦਿੱਤਾ ਜਾਂਦਾ ਸੀ ਹੁਣ ਹਰ ਕਿਸੇ ਕੋਲ ਗਨ ਚੁੱਕੀ ਹੋਈ ਹੈ ਹਰ ਕਿਸੇ ਕੋਲ ਪਿਸਤੌਲ ਹੈ ਤੁਸੀਂ ਇੱਥੋਂ ਤੱਕ ਇੱਕ ਬੰਦਾ ਸੀ ਜੀ ਉਹ ਆਪਣੀ ਪਤਨੀ ਦੇ ਨਾਲ ਜਾ ਰਿਹਾ ਸੀ ਮੋਟਰਸਾਈਕਲ ਤੇ ਇੱਕ ਕਾਰ ਵਾਲਾ ਜਿਹੜਾ ਸੀ ਨਾ ਉਹ ਥੋੜਾ ਜਿਹਾ ਉਸ ਦੇ ਟੇਢਾ ਹੋ ਕੇ ਉਸ ਤੋਂ ਲੰਘ ਤਾ ਗਿਆ ਠੀਕ ਹੈ ਜੀ ਤੇ ਉਹ ਜਿਹੜਾ ਪਤਨੀ ਨਾਲ ਜਾ ਰਿਹਾ ਸੀ ਉਸ ਨੇ ਉਸ ਕਾਰ ਦਾ ਪਿੱਛਾ ਕੀਤਾ ਅੱਛਾ ਜੀ ਪਿੱਛਾ ਕੀਤਾ ਜਿੱਥੇ ਤੱਕ ਉਹ ਗਿਆ ਪਿੱਛਾ ਕੀਤਾ ਜੀ ਉੱਥੇ ਜਾ ਕੇ ਉਸ ਤੇ ਹਮਲਾ ਕੀਤਾ ਹਮਲਾ ਕੀਤਾ ਤੇ ਕੁੱਟ ਖਾਦੀ ਜੀ ਕੁੱਟ ਖਾਦੀ ਮਤਲਬ ਕਿ ਉਸ ਨੂੰ ਏਜੰਡਾ ਮਿਲ ਗਿਆ ਉਸ ਨੇ ਆਪਣਾ ਜਿਹੜਾ ਸੀ ਗਰੁੱਪ ਬਣਾ ਲਿਆ ਗਰੁੱਪ ਬਣਾ ਕੇ ਦੋ ਤਿੰਨ ਦਿਨ ਬਾਅਦ ਉੱਥੇ ਜਾ ਕੇ ਹਮਲਾ ਕੀਤਾ ਉਥੇ ਜਾ ਕੇ ਹਮਲਾ ਕੀਤਾ ਦੋ ਬੰਦੇ ਮਾਰ ਦਿੱਤੇ ਸੋ ਕਹਿੰਦੇ ਭਾਵੇਂ ਨਿੱਕੀ ਜਿਹੀ ਗੱਲ ਜਿਹੜੀ ਸੀਗੇ ਵਿੱਚ ਉਹ ਤੇਰੇ ਤੋਂ ਤੇਜ਼ ਕਰਕੇ ਲੰਘ ਗਿਆ ਤਾਂ ਕੀ ਹੋ ਗਿਆ ਕਿ ਕਿੱਡੀ ਕੋ ਸੋ ਇਸ ਨਾਲ ਰੋਡ ਰੇਜ ਜਿਹੜਾ ਹੈ ਸੜਕ ਤੇ ਜਿਹੜੇ ਝਗੜੇ ਹੁੰਦੇ ਹਨ ਦਿੱਲੀ ਦੇ ਵਿੱਚ ਤਾਂ ਬੜਾ ਝਗੜਾ ਹੈਗਾ ਮੇਰੇ ਘਰ ਦੇ ਅੱਗੇ ਕਾਰ ਕਿਉਂ ਖੜੀ ਕੀਤੀ ਹੈ ਬਿਲਕੁਲ ਉਹ ਉਹ ਕਹਿੰਦਾ ਕਿ ਮੈਂ ਕਾਰ ਤਾਂ ਆਪਣੇ ਏਰੀਆ ਵਿੱਚ ਖੜੀ ਕੀਤੀ ਹੈ ਕਹਿੰਦਾ ਤੂੰ 4 ਇੰਚ ਮੇਰੇ ਏਰੀਆ ਦੇ ਵਿੱਚ ਖੜੀ ਕੀਤੀ ਹੈ 4 ਇੰਚ ਮੇਰਾ ਏਰੀਆ ਲਿਆ ਹੈ ਸੋ ਝਗੜਾ ਮਨੁੱਖ ਦੇ ਅੰਦਰ ਹੋਵੇ ਨਾ ਉਹ ਲੱਭ ਲੰਦਾ ਕਿਸ ਨਾਲ ਲੜਨਾ ਹੈ ਉਹ ਜਿਸ ਨਾਲ ਲੜਨਾ ਹੁੰਦਾ ਉਸ ਨੂੰ ਲੱਭਣ ਲੱਗ ਜਾਂਦਾ ਸੋ ਇਸ ਢੰਗ ਦੇ ਨਾਲ ਜਿਹੜਾ ਨਾ ਮੈਨੂੰ ਤਾਂ ਕਈ ਵਾਰੀ ਮਹਿਸੂਸ ਹੁੰਦਾ ਕਿ ਖੂਨ ਹੀ ਬਦਲ ਗਏ ਹਨ ਹੁਣ ਲੋਕਾਂ ਦੀਆਂ ਨਾੜਾਂ ਦੇ ਵਿੱਚ ਲਹੂ ਨਹੀਂ ਹੈ ਤਜ਼ਾਬ ਹੈ ਮਤਲਬ ਇਤਨੇ ਕੋੜੇ ਬੋਲ ਬਿਉਲਦੇ ਜਾਂਦੇ ਹਨ ਇਤਨੀਆਂ ਕੌੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਇਤਨੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਇਤਨੇ ਬੇਇੱਜ਼ਤੀ ਕੀਤੀ ਜਾਂਦੀ ਹੈ ਇਤਨਾ અપਮਾਨ ਕੀਤਾ ਜਾਂਦਾ ਕਿ ਬੰਦਾ ਜਿਹੜਾ ਪਰੇਸ਼ਾਨ ਪਰੇਸ਼ਾਨ ਹੈ ਪਰੇਸ਼ਾਨ ਬੰਦਾ ਜਿਹੜਾ ਹੈ ਨਾ ਉਹ ਨਾ ਆਪ ਸੁਖੀ ਹੁੰਦਾ ਹੈ ਨਾ ਕਿਸੇ ਨੂੰ ਸੁਖ ਦੇ ਸਕਦਾ ਆਪ ਪਰੇਸ਼ਾਨ ਹੁੰਦਾ ਹੈ ਪਰੇਸ਼ਾਨੀਆਂ ਪੈਦਾ ਕਰਦਾ ਤੇ ਇਸ ਤੋਂ ਅੱਗੇ ਦੇਖੋ ਤੁਸੀਂ ਇਹ ਲੋਕ ਹੁੰਦੇ ਹਨ ਜਿਹੜੇ ਨਸ਼ੇ ਕਰਦੇ ਹਨ ਤੇ ਨਸ਼ੇ ਕਰਨਾ ਇੱਕ ਵੱਖਰੀ ਦੁਨੀਆ ਹੈ ਉਹਦੇ ਵਿੱਚ ਤਾਂ ਸ਼ਾਂਤੀ ਹੈ ਹੀ ਨਹੀਂ ਮੈਂ ਬੜੀ 30 40 ਸਾਲ ਤੋਂ ਨਾ ਇਹ ਜਾਣਨ ਵਿੱਚ ਮੈਨੂੰ ਬੜੇ ਪ੍ਰੋਬਲਮ ਆ ਰਹੇ ਸੀ ਕਿ ਕਈ ਲੋਕ ਸਵੇਰੇ ਹੀ ਕਿਉਂ ਸ਼ਰਾਬ ਪੀ ਲੈਂਦੇ ਹਨ ਤੇ ਮੈਨੂੰ ਕੱਲ ਪਰਸੋਂ ਇੱਕ ਮੇਰੇ ਦੋਸਤ ਨੇ ਬਜ਼ੁਰਗ ਸੀ ਉਹਨਾਂ ਨੇ ਗੱਲ ਦੱਸੀ ਠੀਕ ਹੈ ਉਹ ਕਹਿੰਦੇ ਇਹ ਜਦ ਤੱਕ ਸਵੇਰੇ ਸ਼ਰਾਬ ਨਾ ਪੀਵੇ ਇਹ ਉੱਠੇ ਨਹੀਂ ਸਕਦਾ ਅੱਛਾ ਜੀ ਇਹਨੂੰ ਉੱਠਣ ਵਾਸਤੇ ਦੋ ਪੈਕ ਚਾਹੀਦੇ ਹਨ ਦੋ ਪੈਕ ਚਾਹੀਦੇ ਨੇ ਤਾਂ ਫਿਰ ਉਹਨਾਂ ਨੇ ਐਵੇਂ ਦੱਸਿਆ ਕਿ ਜੇ ਤੁਸੀਂ ਕਰੀਂ ਦੇਖੋ ਨਾ ਠੇਕੇ ਜਿਹੜੇ ਆ ਸਵੇਰੇ 7 ਵਜੇ ਵੀ ਖੁੱਲੇ ਹੋਏ ਹੁੰਦੇ ਆ ਪੂਰੇ ਤਾਂ ਨਹੀਂ ਖੁੱਲੇ ਹੁੰਦੇ ਪਰੰਤੂ ਉਹ ਥੋੜੇ ਜਿਹੇ ਖੁੱਲੇ ਹੁੰਦੇ ਆ ਇਹ ਉਹਨਾਂ ਵਾਸਤੇ ਹੁੰਦੇ ਹਨ ਜਿਨ੍ਹਾਂ ਨੇ ਸਵੇਰੇ ਹੀ ਪੀਣੀ ਹੁੰਦੀ ਹੈਗੀ ਸੋ ਇਹ ਕੋਈ ਵੱਖਰੀ ਦੁਨੀਆ ਪੈਦਾ ਹੋ ਗਈ ਹੈ ਕ੍ਰਾਈਮ ਦੀ ਦੁਨੀਆ ਨਸ਼ਿਆਂ ਦੀ ਦੁਨੀਆ ਸਮਗਲਿੰਗ ਦੀ ਦੁਨੀਆ ਗੈਂਗਸਟਰਸ ਦੀ ਦੁਨੀਆ ਪਤਲਾਂ ਦੀ ਦੁਨੀਆ ਬੰਦੂਕਾਂ ਦੀ ਦੁਨੀਆ ਇਸ ਦੁਨੀਆ ਦੇ ਵਿੱਚ ਔਰਤਾਂ ਵੀ ਸ਼ਾਮਲ ਹੋਈ ਜਾ ਰਹੀਆਂ ਨੇ ਔਰਤਾਂ ਦੇ ਸ਼ਾਮਲ ਹੋਣ ਦੇ ਨਾਲ ਸਥਿਤੀ ਜਿਹੜੀ ਹੈ ਹੋਰ ਗੁੰਝਲਦਾਰ ਹੋ ਗਈ ਹੈ ਜਿਹੜੀਆਂ ਲੜਕੀਆਂ ਜਿਹੜੀਆਂ ਅਨਾ ਵਿਆਹ ਦੇ ਵਿੱਚ ਨੱਚ ਰਹੀਆਂ ਹਨ ਉਹ 7 ਕੁ ਸਾਲਾਂ ਦੇ ਵਿੱਚ ਮਾਰੀਆਂ ਜਾਂਦੀਆਂ ਹਨ ਜੀ ਜੀ 7 ਸਾਲ ਦੇ ਵਿੱਚ ਉਹ ਮਾਰ ਹੀ ਜਾਂ ਜਾਂਦੇ ਹਨ ਕਿਉਂਕਿ ਉਹ ਜਿਸ ਕਿਸੇ ਨਾਲ ਨੱਚ ਰਹੀਆਂ ਹੁੰਦੀਆਂ ਹਨ ਉਸ ਤੋਂ ਹਟ ਕੇ ਕਿਸੇ ਹੋਰ ਨਾਲ ਨੱਚਣ ਜਦੋਂ ਲੱਗ ਪੈਂਦੀਆਂ ਜਿਹੜਾ ਪਹਿਲਾਂ ਨੱਚ ਰਿਹਾ ਹੁੰਦਾ ਨਾ ਉਹ ਸਮਝਦਾ ਕਿ ਇਹ ਮੇਰਾ ਜਿਹੜਾ ਹੈ ਨਾ ਇਹ ਦੁਸ਼ਮਣ ਹੈ ਇਹ ਬੰਦਾ ਮੇਰਾ ਦੁਸ਼ਮਣ ਹੈ ਸੋ ਉਥੇ ਜਾਂਦੇ ਤਾਂ ਇੰਜੋਇਮੈਂਟ ਵਾਸਤੇ ਹਨ ਪਰੰਤੂ ਲੈ ਕੇ ਦੁਸ਼ਮਣੀ ਆਉਂਦੇ ਹਨ ਤੇ ਉਸ ਦੁਸ਼ਮਣੀ ਦੇ ਵਿੱਚ ਅੱਗੇ 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 ਚੱਜ ਜਾਂਦੇ ਉਹ ਵਧ ਜਾਂਦੀ ਹੈ ਹਾਂ ਤੇ ਇੱਕ ਸਰ ਹੋਰ ਆ ਸੀ ਘਰਾਂ ਦੇ ਵਿੱਚ ਜੇ ਲੋ ਛੋਟੇ ਮੋਟੇ ਝਗੜੇ ਹੁੰਦੇ ਨੇ ਤੇ ਅਸੀਂ ਉਥੇ ਮਾਫੀ ਨਹੀਂ ਮੰਗਦੇ ਕਰਾਂ ਦੇ ਵਿੱਚ ਆਪਸ ਵਿੱਚ ਉਥੇ ਮਾਫੀ ਨਹੀਂ ਮੰਗਦੇ ਜਦ ਕਿ ਸੀ ਕੋਰਟ ਕਚਹਿਰੀਆਂ ਦੇ ਵਿੱਚ ਕਿਸੇ ਬੰਦੇ ਨਾਲ ਮਾੜਾ ਜਾਂ ਮੋੜਾ ਵੀ ਟੱਚ ਹੋ ਜਾਏ ਕਿਸਦਾ ਪੈਰ ਥੋੜੇ ਦਮ ਉਥੇ ਅਸੀਂ ਹਰੇਕ ਬੰਦੇ ਨੂੰ ਸੌਰੀ ਤੱਕ ਬੋਲ ਦਿੰਨੇ ਆ ਉਹ ਮਸਲੇ ਕਿਵੇਂ ਸਲਝਾਉਣਾ ਸભ્યਕ ਸਮਾਜ ਤੇ ਅਸભ્યਕ ਸਮਾਜ ਵਿੱਚ ਇਹ ਫਰਕ ਹੈ ਬਿਲਕੁਲ ਸભ્યਕ ਸਮਾਜ ਦੇ ਵਿੱਚ ਸੌਰੀ ਤੇ ਥੈਂਕਸ ਇਹ ਬੋਲੇ ਜਾਂਦੇ ਹਨ ਜੀ ਜੀ ਜਿਸ ਕਿਸੇ ਨੇ ਤੁਹਾਨੂੰ ਪਾਣੀ ਵੀ ਦਿੱਤਾ ਨਾ ਪਾਵੇਂ ਉਹ ਮੇਡ ਸਰਵੈਂਟ ਬਿਲਕੁਲ ਉਹ ਥੈਂਕਸ ਕਹੇਗਾ ਜੀ ਜੀ ਬਾਟਾ ਸ਼ੋ ਕੰਪਨੀ ਦਾ ਜਿਹੜਾ ਮਾਲਕ ਸੀ ਨਾ ਇੱਕ ਵਾਰੀ ਉਹ ਆਇਆ ਹਿੰਦੁਸਤਾਨ ਦੇ ਵਿੱਚ ਜੀ ਤੇ ਇੱਕ ਬੰਦੇ ਨੇ ਏਜੰਸੀ ਲੈਣੀ ਸੀ ਉਹ ਅੰਗਰੇਜ਼ੀ ਨਹੀਂ ਸੀ ਜਾਣਦਾ ਉਹ ਮੈਨੂੰ ਲੈ ਗਿਆ ਨਾਲ ਦਿੱਲੀ ਅਸੀਂ ਗਏ ਜੀ ਤੇ ਭਾਈ ਤੁਸੀਂ ਉਹ ਨਾਲ ਗੱਲਬਾਤ ਕਰਨਾ ਗਏ ਉੱਥੇ ਕੀ ਹੋਇਆ ਕਿ ਉਹ ਜਿਹੜਾ ਮਾਲਕ ਸੀ ਉਹ ਚਾਹ ਵਾਲੇ ਟਰੇ ਜਿਹੜੇ ਸੀ ਨਾ ਆਪ ਚੁੱਕ ਕੇ ਲਿਆ ਜੀ ਸਾਡੇ ਤੱਕ ਠੀਕ ਹੈ ਸਰ ਉਹ ਜਿਹੜਾ ਮੇਰੇ ਨਾਲ ਨਾਮ ਸੀਗਾ ਇੱਕ ਹੋਰ ਬੰਦਾ ਸੀ ਉਸਨੇ ਕਿਹਾ ਵੀ ਤੁਹਾਡੇ ਘਰ ਚ ਬੜੇ ਨੌਕਰ ਹੈ ਤੁਸੀਂ ਆਪ ਕਿਉਂ ਲਿਆਏ ਹੋ ਕਿ ਨੌਕਰ ਨੂੰ ਕਹਿਣਾ ਸੀ ਤੇ ਉਸ ਦਾ ਜਵਾਬ ਸੀ ਕਿ ਤੁਸੀਂ ਮੇਰੇ ਮਹਿਮਾਨ ਹੋ ਮੇਰੇ ਨੌਕਰ ਦੇ ਨਹੀਂ ਬਿਲਕੁਲ ਬਿਲਕੁਲ ਮਤਲਬ ਕਿ ਉਸ ਦੇ ਵਿੱਚ ਇਤਨੀ ਹਲੀਮੀ ਸੀ ਇਤਨੀ ਨਿਮਰਤਾ ਸੀ ਸਾਡੇ ਕਿਸੇ ਦੇ ਵਿੱਚ ਨਿਮਰਤਾ ਵੇਖੀ ਐ ਤੁਸੀਂ ਮਤਲਬ ਇਥੇ ਜੇ ਕਿਸੇ ਨੂੰ ਕੋਈ ਸਿਪਾਹੀ ਵੀ ਰੋਕ ਲਵੇ ਨਾ ਤੇ ਮੰਗਤਾ ਵੀ ਕਹਿੰਦਾ ਹੈਗਾ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ ਬਿਲਕੁਲ ਮਤਲਬ ਇੱਕ ਵਾਰੀ ਰੇਲਵੇ ਸਟੇਸ਼ਨ ਉਤੇ ਉਹ ਟਿਕਟ ਚੈਕਰ ਨੇ ਉਸ ਨੂੰ ਕਿਹਾ ਵੀ ਟਿਕਟ ਦਿਖਾ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਕੌਣ ਹਾਂ ਕਹਿੰਦਾ ਯਾਰ ਤੂੰ ਕੋਈ ਹੋਵੇਂ ਮੈਨੂੰ ਟਿਕਟ ਦਿਖਾ ਠੀਕ ਹੈ ਮਤਲਬ ਕਿ ਉਹਨੇ ਟਿਕਟ ਨਹੀਂ ਦਿਖਾਈ ਇਹ ਜੋਰ ਲਾ ਦਿੱਤਾ ਸਾਰਾ ਇਹ ਤੂੰ ਜਾਣ ਜਾ ਕੇ ਮੈਂ ਕੌਣ ਹਾਂ ਕਹਿੰਦਾ ਤੂੰ ਕੌਣ ਹੈ ਨਹੀਂ ਮਤਲਬ ਕਹਿਣ ਦਾ ਇਹ ਹੈ ਕਿ ਅਸੀਂ ਫਜ਼ੂਲ ਕੰਮਾਂ ਦੇ ਵਿੱਚ ਪਏ ਹੋਏ ਹੋਏਗੇ ਸਾਰੀ ਸੌਰੀ ਕਹਿਣ ਦੇ ਨਾਲ ਜੇਕਰ ਸੌਰੀ ਕਹਿਣਾ ਆ ਜਾਵੇ ਨਾ ਸਾਨੂੰ ਸਾਰੀਆਂ ਅਦਾਲਤਾਂ ਦੇ ਵਿੱਚ ਮੁਕੱਦਮੇ ਅੱਧੇ ਹੋ ਜਾਣ ਅੱਧੇ ਹੋ ਜਾਣ ਹਸਬੰਡ ਵਾਈਫ ਦੇ ਝਗੜੇ ਦੇ ਵਿੱਚ ਸੌਰੀ ਕਹਿਣਾ ਹੀ ਜਿਹੜਾ ਹੈ ਨਾ ਇਹ ਐਬਸੈਂਟ ਹੈ ਜੇਕਰ ਸੌਰੀ ਕਹਿ ਦਿੱਤਾ ਜਾਵੇ ਤਾਂ ਕੋਈ ਵੀ ਹਸਬੰਡ ਜਿਹੜਾ ਹੈ ਨਾ ਜਾਂ ਕੋਈ ਵੀ ਵਾਈਫ ਜਿਹੜੀ ਹੈਗੀ ਹੈ ਉਹ ਨਰਾਜ਼ ਨਹੀਂ ਹੋਏ ਹਾਂ ਝਗੜੇ ਨੂੰ ਵਧਾਏਗੀ ਨਹੀਂ ਸੌਰੀ ਕਹਿਣ ਦਾ ਸੌਰੀ ਹੀ ਨਹੀਂ ਕਹਿਣਾ ਚਾਹੀਦਾ ਮੈਂ ਤਾਂ ਇਹ ਤੋਂ ਵੀ ਅੱਗੇ ਜਾਂਦਾ ਸੌਰੀ ਕਹਿਣ ਦੇ ਨਾਲ ਇਹ ਵੀ ਕਹੋ ਕਿ ਮੈਂ ਅੱਗੋਂ ਧਿਆਨ ਰੱਖਾਂਗਾ ਜਦ ਤੁਸੀਂ ਇਹ ਕਹਿੰਦੇ ਹੋ ਨਾ ਕਿ ਮੈਂ ਅੱਗੋਂ ਧਿਆਨ ਰੱਖਾਂਗਾ ਤਾਂ ਉਸ ਨੂੰ ਇਹ ਅਸ਼ੋਰੈਂਸ ਹੋ ਜਾਂਦੀ ਹੈ ਕਿ ਮੇਰਾ ਅੱਗੋਂ ਦਾ ਵਿਹਾਰ ਜਿਹੜਾ ਹੋਏਗਾ ਇਹ ਇਸ ਵਿਹਾਰ ਨਾਲੋਂ ਬੈਟਰ ਹੋਏਗਾ ਤੇ ਮੈਨੂੰ ਇੱਕ ਵਾਰੀ ਯਾਦ ਹੈ ਹਸਬੰਡ ਵਾਈਫ ਦਾ ਝਗੜਾ ਸੀ ਤੇ ਬਹੁਤ ਸਾਰੇ ਲੋਕ ਜਿਹੜੇ ਨਾ ਆਪਣਾ ਪੱਖ ਦੱਸੀ ਜਾਣਗੇ ਬਿਲਕੁਲ ਬਿਲਕੁਲ ਮੈਂ ਇੱਕ ਨੂੰ ਪੁੱਛਿਆ ਮੈਂ ਕਿ ਇਸ ਝਗੜੇ ਦੇ ਵਿੱਚ ਤੇਰਾ ਕਿੰਨਾ ਯੋਗਦਾਨ ਹੈ ਤੂੰ ਸੌਰੀ ਕਹਿਣ ਨੂੰ ਤਿਆਰ ਹੈ ਬਿਲਕੁਲ ਬਿਲਕੁਲ ਇਹ ਕਹਿੰਦੇ ਨਹੀਂ ਮੈਂ ਸੌਰੀ ਕਹਿਣ ਨਹੀਂ ਸੌਰੀ ਨਹੀਂ ਕਹਿਣਾ ਮਤਲਬ ਉਹ ਹੀ ਮੁਆਫੀ ਮੰਗੇ ਮੇਰੇ ਤੋਂ ਠੀਕ ਹੈ ਮਤਲਬ ਇਹ ਨੂੰ ਕਹਿ ਰਹੀ ਹੈ ਕਿ ਸੱਸ ਮੇਰੇ ਤੋਂ ਮੁਆਫੀ ਮੰਗੇ ਮੈਂ ਇੱਕ ਨੂੰ ਨੂੰ ਕਿਹਾ ਕਿ ਤੂੰ ਹੀ ਮਾਫ ਕਰ ਦੇ ਬਿਲਕੁਲ ਸਹੀ ਹੈ ਇਹ ਹੂੰ ਦੋਈ ਆਪਣਾ ਵੱਡਪਣ ਦਿਖਾਤੋਈ ਆਪਣਾ ਵੱਡਾ ਜਿਹੜਾ ਪ੍ਰਾਣ ਹੈਗਾ ਉਸ ਨੂੰ ਐਸਟੈਬਲਿਸ਼ ਕਰ ਨਹੀਂ ਸਾਡੇ ਵਿੱਚ ਉਹ ਜਿਹੜੀਆਂ ਕਦਰਾਂ ਕੀਮਤਾਂ ਨੇ ਸੌਰੀ ਕਹਿਣ ਦੀ ਤੇ ਥੈਂਕਸ ਕਹਿਣ ਦੀ ਉਹ ਨਹੀਂ ਹੈ ਇਸ ਅਸੀਂ ਬੜੇ ਝਗੜੇ ਵਾਲੀ ਜ਼ਿੰਦਗੀ ਜਿਹੜੀ ਹੈ ਨਾ ਉਹ ਜੀ ਰਹੇ ਆ ਜੇਕਰ ਮਨੁੱਖ ਨੂੰ ਸੌਰੀ ਕਹਿਣਾ ਆਵੇ ਮੈਨੂੰ ਯਾਦ ਆ ਮੇਰਾ ਇੱਕ ਵਾਰੀ ਸਪਾਹੀ ਨੇ ਮੈਨੂੰ ਰੋਕ ਲਿਆ ਮੇਰੇ ਕੋਲ ਕਾਗਜ਼ ਪੱਤਰ ਨਹੀਂ ਸੀ ਕਾਰ ਦੇ ਠੀਕ ਹੈ ਤੇ ਉਸ ਨੂੰ ਇੱਕ ਹੋਰ ਤੀਵੇਂ ਸੀਗੇ ਉਹ ਆਕੜ ਰਹੀ ਸੀ ਉਸ ਨਾਲ ਅੱਛਾ ਜੀ ਤੇ ਮੈਂ ਉਸ ਨੂੰ ਕਿਹਾ ਮੈਂ ਕਿਹਾ ਭਾਈ ਸਾਹਿਬ ਅਸਲੀਅਤ ਇਹ ਹੈ ਕਿ ਮੇਰੇ ਕੋਲ ਕਾਗਜ਼ ਪੱਤਰ ਨਹੀਂ ਹੈ ਅੱਗੇ ਤੋਂ ਮੈਂ ਧਿਆਨ ਰੱਖਾਂਗਾ ਕਿ ਸਾਰੇ ਕਾਗਜ਼ ਪੱਤਰ ਆਪਣੇ ਨਾਲ ਰੱਖਾਂ ਉਸ ਨੇ ਕਿਹਾ ਜਾਓ ਠੀਕ ਮਤਲਬ ਨਿੱਕੀ ਜਿਹੀ ਗੱਲ ਤੇ ਉਸ ਨੇ ਮੈਨੂੰ ਕਹਿ ਦਿੱਤਾ ਜਾਓ ਇੱਕ ਵਾਰੀ বাস ਸਾਡੇ ਦੇ ਵਿੱਚ ਇੱਕ ਲੇਡੀ ਜਿਹੜੀ ਸੀ ਕਿਸੇ ਨੂੰ ਛੱਡਣ ਆਏ ਸਕੂਟਰ ਤੇ ਉਹ ਸਕੂਟਰ ਅੰਦਰ ਲੈ ਗਈ ਜਿੱਥੇ বাস ਖੜੀ ਸੀ ਉੱਥੇ ਤੱਕ ਲੈ ਗਈ ਉਥੇ ਜਿਹੜਾ ਡਿਊਟੀ ਦੇ ਬੰਦਾ ਸੀ ਉਸਨੇ ਉਸ ਨੂੰ ਰੋਕਿਆ ਤੇ ਉਹ ਉਹ ਨੂੰ ਕਹਿੰਦੇ ਆ ਤੁਹਾਨੂੰ ਲਿਖ ਕੇ ਲਾਉਣਾ ਚਾਹੀਦਾ ਸੀ ਕਿ ਇੱਥੇ ਸਕੂਟਰ ਆਉਣਾ ਮਨਾ ਹੈ ਉਸ ਨੇ ਦਿਖਾ ਦਿੱਤਾ ਕਿ ਉਹ ਲਿਖਿਆ ਹੋਇਆ ਹੈ ਠੀਕ ਅੱਛਾ ਮਤਲਬ 10 ਮਿੰਟ ਤੋਂ ਝਗੜ ਰਹੀ ਸੀ ਉਸ ਨਾਲ ਤੇ ਫੇਰ ਕਹਿੰਦੇ ਸੌਰੀ ਕਹਿੰਦਾ ਮੈਡਮ ਜਿਹੜੀ ਤੁਸੀਂ ਹੁਣ ਗੱਲ ਕਹਿ ਰਹੇ ਹੋ ਨੇ ਜੇ ਸ਼ੁਰੂ ਚ ਕਹਿ ਦਿੰਦੇ ਤਾਂ ਉਸੇ ਵੇਲੇ ਝਗੜਾ ਖਤਮ ਹੋ ਜਾਣਾ ਸੀ ਝਗੜਾ ਬਣਨਾ ਹੀ ਨਹੀਂ ਸੀ ਹਾਂ ਤੁਸੀਂ ਮੇਰਾ ਵੀ ਟਾਈਮ ਖਰਾਬ ਕੀਤਾ ਤੁਸੀਂ ਆਪਣਾ ਵੀ ਟਾਈਮ ਕਰਕੇ ਖਰਾਬ ਕੀਤਾ ਸੋ ਸੌਰੀ ਕਹਿਣਾ ਸਿੱਖੋ ਥੈਂਕਸ ਕਹਿਣਾ ਸਿੱਖੋ ਇਹਨਾਂ ਦੋ ਗੱਲਾਂ ਦੇ ਇਹ ਨਾ ਜਿਵੇਂ ਮੋਬਾਈਲ ਹੁੰਦਾ ਮੋਬਾਈਲ ਹੁੰਦਾ ਨਾ ਮੋਬਾਈਲ ਦੇ ਨਾਲ ਗੱਡੀ ਦੇ ਕਾਰ ਦੇ ਉਹ ਕਈ ਵਾਰੀ ਚਾਬੀ ਜਿੰਦੇ ਦੀ ਸਖਤ ਹੁੰਦੀ ਹੈ ਉਹਦੇ ਵਿੱਚ ਅਸੀਂ ਥੋੜਾ ਜਿਹਾ ਤੇਲ ਪਾ ਦਿੰਦੇ ਹਾਂ ਨਾ ਜਦੋਂ ਫਿਰ ਉਹ ਕੁੰਜੀ ਜਿਹੜੀ ਹੈਗੀ ਆ ਉਹ ਸੌਖਿਆਂ ਘੁੰਮਣ ਲੱਗ ਪੈਂਦੀ ਹੈ ਤਾਂ ਜਿੰਦਾ ਵੀ ਖੁੱਲ ਜਾਂਦਾ ਹੈਗਾ ਸੋ ਸੌਰੀ ਦੇ ਟੈਂਕਸ ਇਹ ਕੰਮ ਕਰਦੇ ਹਮ ਇਹਨਾਂ ਨਾਲ ਜ਼ਿੰਦਗੀ ਜਿਹੜੀ ਰਵਾ ਹੋ ਜਾਂਦੀ ਆ ਇਹਨਾਂ ਦੇ ਨਾਲ ਜ਼ਿੰਦਗੀ ਕਸਦੀ ਨਹੀਂ ਜ਼ਿੰਦਗੀ ਜਿਹੜੀ ਹੈ ਬੜੇ ਚੰਗੇ ਤਰੀਕੇ ਨਾਲ ਚੱਲਦੀ ਆ ਸੋ